ਦੇ ਸੰਬੰਧ ਵਿੱਚ ਤੁਹਾਡੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਸਾਡੇ ਨਾਲ ਲਾਈਵ ਤੇ ਹਾਜ਼ਰ ਹਨ ਸਰਬੱਤ ਖਾਲਸਾ ਵੱਲੋਂ ਚੁਣੇ ਹੋਏ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਬਲਜੀਤ ਸਿੰਘ ਜੀ ਦਾਦੂਵਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ, ਤੁਹਾਨੂੰ ਤੇ ਸਾਰੀਆਂ ਸੰਗਤਾਂ ਨੂੰ ਜੀ। ਜਥੇਦਾਰ ਜੀ, ਅਸੀਂ ਜਲਦੀ ਜਲਦੀ, ਕਿਉਂਕਿ ਸਾਨੂੰ ਪਤਾ ਤੁਸੀਂ ਬਹੁਤ ਕੰਮਾਂ ਦੇ ਵਿੱਚ ਬਿਜ਼ੀ ਹੋ, ਮੋਰਚਾ ਲੱਗਾ ਹੋਇਆ ਬਰਗਾੜੀ ਦੇ ਵਿੱਚ, ਤੇ ਅੱਜ ਇਹ ਮੋਰਚੇ ਨੂੰ ਚੌਥਾ ਦਿਨ ਆ, ਇਹਦੇ ਸੰਬੰਧ ਵਿੱਚ ਜਿਹੜੀ ਤਾਜ਼ਾ ਰਿਪੋਰਟ, ਤਾਜ਼ਾ ਸਿਚੁਏਸ਼ਨ ਕੀ ਆ, ਉਹ ਜਾਣਨਾ ਚਾਹੁੰਦੇ ਆ। ਦੇਖੋ ਭਾਈ ਰਣਵੀਰ ਸਿੰਘ ਜੀ, ਦੇਸ਼ ਵਿਦੇਸ਼ ਦੀਆਂ ਸਾਰੀਆਂ ਸਿੱਖ ਸੰਗਤਾਂ ਜਾਣਦੀਆਂ ਨੇ ਕਿ 3 ਸਾਲ ਹੋ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਏ ਨੂੰ ਗੁਰਜ ਜਵਾਹਰ ਸਿੰਘ ਵਾਲਾ ਤੋਂ। ਹਾਂਜੀ, ਅੱਜ ਤੱਕ ਨਾ ਤਾਂ ਗੁਰੂ ਸਾਹਿਬ ਦੇ ਸਰੂਪ ਪ੍ਰਾਪਤ ਹੋਏ ਆ, ਬਾਅਦ ਵਿੱਚ ਬਰਗਾੜੀ ਦੀਆਂ ਗਲੀਆਂ ਚ ਬੇਅਦ ਵੀ ਕੀਤੀ ਗਈ, ਪੱਧਰੇ ਪਾੜ ਕੇ ਖਿਲਾਰੇ ਗਏ ਗੁਰੂ ਸਾਹਿਬ ਦੇ, ਨਾ ਉਹ ਦੋਸ਼ੀ ਜਿਹੜੇ ਫੜੇ ਗਏ ਆ ਤੇ ਨਾ ਹੀ ਬਾਅਦ ਵਿਚ ਜਿਹੜਾ ਰੋਸ ਪ੍ਰੋਟੈਸਟ ਸ਼ਾਂਤਮਈ ਕਰ ਰਹੇ ਸਿੱਖਾਂ ਦੇ ਉੱਤੇ ਗੋਲੀਆਂ ਚਲਾਈਆਂ, ਜਿਨ੍ਹਾਂ ਨੇ ਦੋਸ਼ੀਆਂ ਨੇ ਸਿੰਘ ਸ਼ਹੀਦ ਕੀਤੇ, ਜ਼ਖਮੀ ਕੀਤੇ, ਉਹ ਦੋਸ਼ੀ ਫੜੇ ਗਏ ਆ। ਠੀਕ, ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਕੋਈ ਇਨਸਾਫ਼ ਨਹੀਂ ਕੀਤਾ ਤਾਂ ਕੈਪਟਨ ਅਮਰਿੰਦਰ ਸਿੰਘ ਬਰਗਾੜੀ ਦੀ ਧਰਤੀ ਤੇ ਆ ਕੇ ਉਹਨਾਂ ਕਿਹਾ ਸੀਗਾ ਕਿ ਜੇ ਮੈਨੂੰ ਮੌਕਾ ਦਿੱਤਾ ਪੰਜਾਬ ਦੇ ਲੋਕਾਂ ਦਾ, ਮੈਂ ਇੱਕ ਮਹੀਨੇ ਦੇ ਵਿੱਚ ਦੋਸ਼ੀ ਜਿਹੜੇ ਉਹ ਸਲਾਖਾਂ ਪਿੱਛੇ ਢੱਕ ਦਿਆਂਗਾ। ਹਾਂਜੀ, ਤਾਂ ਹੁਣ 14 ਮਹੀਨੇ ਬੀਤ ਗਏ ਆ ਸਰਕਾਰ ਨੂੰ, 1.5 ਸਾਲ, 14-15 ਮਹੀਨੇ, 1.5 ਸਾਲ ਵਾਂਗੂ ਹੋਣ ਵਾਲਾ ਸਰਕਾਰ ਨੂੰ, ਪਰ ਅੱਜ ਤੱਕ ਉਹਨਾਂ ਨੇ ਇਸ ਪਾਸੇ ਜੇ ਕਹੀਏ ਵੀ ਸ਼ੇਰ ਚੋਂ ਪੂਣੀ ਵੀ ਨੀ ਗੱਤੀ, ਇੱਧਰ ਧਿਆਨ ਹੀ ਨਹੀਂ ਦਿੱਤਾ। ਠੀਕ, ਕਮਿਸ਼ਨ ਪਹਿਲਾਂ ਬਣਾਏ ਗਏ, ਕਮਿਸ਼ਨਾਂ ਦੀ ਰਿਪੋਰਟ ਆਪਣੇ ਬਣਾਏ, ਕਮਿਸ਼ਨ ਜਿਹੜੇ ਸੀ ਉਹ ਸਰਕਾਰ ਨਾਲ ਪਿਛਲੀ ਨੇ ਪ੍ਰਵਾਨ ਕੀਤੇ, ਨਾ ਉਹਨਾਂ ਦੀਆਂ ਰਿਪੋਰਟਾਂ ਜਨਤਕ ਕੀਤੀਆਂ, ਤੇ ਜਿਹੜੀ ਹੁਣ ਸਰਕਾਰ ਉਹਨਾਂ ਨੇ ਵੀ ਕਮਿਸ਼ਨ ਬਣਾ ਕੇ ਤੇ ਅੱਖਾਂ ਚ ਘਾਟਾ ਪਾਉਣ ਦੀ ਕੋਸ਼ਿਸ਼ ਕੀਤੀ, ਹੋਈ ਇਨਸਾਫ਼ ਨਹੀਂ ਦਿੱਤਾ, ਲਟਕਾਇਆ ਗਿਆ ਮਸਲੇ ਨੂੰ। ਤੇ ਇਸ ਸੰਬੰਧ ਦੇ ਵਿੱਚ 1 ਜੂਨ ਦਾ ਅਸੀਂ ਬਰਗਾੜੀ ਇਕੱਠ ਕੀਤਾ ਸੀਗਾ, ਜਿਹਦੇ ਵਿੱਚ ਠਾਠਾਂ ਮਾਰਦਾ ਸੰਗਤਾਂ ਦਾ ਇਕੱਠ ਇਨਸਾਫ਼ ਦੀ ਆਵਾਜ਼ ਲੈ ਕੇ ਉੱਥੇ ਪਹੁੰਚਿਆ। ਹਾਂਜੀ, ਔਰ ਜਿੱਥੇ ਜਿਸ ਮੰਚ ਦੇ ਉੱਤੇ ਸਾਰੀਆਂ ਪੰਥਕ ਜਥੇਬੰਦੀਆਂ, ਸੰਤ ਮਹਾਂਪੁਰਸ਼ ਅਤੇ ਪੰਜਾਬ ਦੀਆਂ ਵਿਰੋਧੀ ਧਿਰਾਂ ਜਿੰਨੀਆਂ ਸੀਗੀਆਂ, ਅਕਾਲੀ ਭਾਜਪਾ ਕਾਂਗਰਸ ਨੂੰ ਛੱਡ ਕੇ, ਤੇ ਵਿਰੋਧੀ ਧਿਰ ਜਿਹੜੀ ਪੰਜਾਬ ਸਰਕਾਰ ਚ ਵੀ ਆ, ਉਹ ਵੀ ਉੱਥੇ ਜਿਹੜੀ ਉਸ ਮੰਚ ਤੇ ਆਈ ਔਰ ਉਹਨਾਂ ਨੇ ਸੰਬੋਧਨ ਕੀਤਾ, ਔਰ ਇਹ ਵੀ ਕਿਹਾ ਕਿ ਜੋ ਜਥੇਦਾਰ ਪ੍ਰੋਗਰਾਮ ਦੇਣਗੇ ਅਸੀਂ ਉਹਦਾ ਜਿਹੜਾ ਹੈਗਾ ਸੰਘਰਸ਼ ਦਾ ਸਮਰਥਨ ਕਰਾਂਗੇ। ਤਾਂ ਉੱਥੇ ਫਿਰ ਸਮਾਪਤੀ ਦੇ ਸਮੇਂ ਜਦੋਂ ਅਸੀਂ 3 ਮਤੇ ਅਨਾਉਂਸ ਕਰਕੇ ਜੋ ਸੰਗਤਾਂ ਦੀ ਮੰਗ ਸੀ, ਉਸ ਤੋਂ ਬਾਅਦ ਭਾਈ ਧਿਆਨ ਸਿੰਘ ਦੀ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜਿਨ੍ਹਾਂ ਨੂੰ ਸਰਬੱਤ ਖਾਲਸਾ ਨੇ ਥਾਪਿਆ, ਉਹਨਾਂ ਐਲਾਨ ਕਰ ਦਿੱਤਾ ਉੱਥੇ ਪੱਕਾ ਮੋਰਚਾ ਕੇ ਜਿੰਨਾ ਚਿਰ ਇਨਸਾਫ਼ ਨਹੀਂ ਹੁੰਦਾ। 3 ਮਸਲੇ ਮੇਨ ਰੱਖੇ ਗਏ ਸੀ, ਬਰਗਾੜੀ ਬੇਅਦਗੀ ਦਾ ਇਨਸਾਫ਼, ਬਹਿਬਲ ਗੋਲੀਕਾਂਡ ਦਾ ਇਨਸਾਫ਼ ਤੇ ਬੰਦੀ ਸਿੰਘਾਂ ਦੀ ਰਿਹਾਈ। ਉਸ ਸੰਬੰਧ ਦੇ ਵਿੱਚ ਜਿਹੜਾ ਮੋਰਚਾ ਆਰੰਭ ਹੋਇਆ, ਉਸ ਵੇਲੇ ਤੁਸੀਂ ਉੱਥੇ ਬੈਠੇ ਹੋਏ ਆ, ਅਸੀਂ ਵੀ ਤਕਰੀਬਨ ਉੱਥੇ ਹੀ ਹੁੰਦੇ ਹਾਂ, ਆਸੇ ਪਾਸੇ ਥੋੜਾ ਸਮਾਂ ਜੇ ਕਿਤੇ ਜਾਣਾ ਪੈਂਦਾ ਜਾ ਕੇ, ਫਿਰ ਉੱਥੇ ਹੀ ਤੇ ਬਹੁਤ ਸਾਰੇ ਜਥੇਬੰਦੀਆਂ ਦੇ ਆਗੂ ਸਾਹਿਬਾਨ, ਸੰਤ ਮਹਾਂਪੁਰਸ਼, ਸੰਗਤਾਂ, ਉੱਥੇ ਗੁਰੂ ਕੇ ਲੰਗਰ ਚੱਲ ਰਹੇ ਆ, ਗੁਰਬਾਣੀ ਦੇ ਪ੍ਰਵਾਹ ਚੱਲ ਰਹੇ ਆ, ਕਦੇ ਕਥਾ, ਕਦੇ ਕੀਰਤਨ, ਕਦੇ ਢਾਡੀ ਵਾਰਾਂ, ਕਦੇ ਪਾਠ। ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਸੰਘਰਸ਼ ਅਜੇ ਤੱਕ ਦਿਉਂ ਦਾ ਤਿਉਂ ਲਗਾਤਾਰ ਜਾਰੀ ਆ। ਪਹਿਲੇ ਦਿਨ ਹੀ ਰਾਤ ਨੂੰ DC ਔਰ SSP ਜੋ ਫਰੀਦਕੋਟ ਆ ਉਹ ਸਾਡੇ ਕੋਲੇ ਪਹੁੰਚੇ ਸੀਗੇ। ਠੀਕ, ਉਹਨਾਂ ਦੇ ਵੀ ਸਾਹਮਣੇ ਅਸੀਂ ਮੰਗਾਂ ਲਿਆਂਦੀਆਂ। ਫਿਰ ਅਗਲੇ ਦਿਨ IG ਜੋ ਮਤਲਬ ਫਰੀਦਕੋਟ ਰੇਂਜ ਦੇ, ਉਹ ਸਾਡੇ ਕੋਲੇ ਪਹੁੰਚੇ ਸੀ, ਉਹਨਾਂ ਨਾਲ ਵੀ ਗੱਲਬਾਤ ਕਰਕੇ ਉਹਨਾਂ ਨੂੰ ਵੀ ਮੰਗਾਂ ਜਿਹੜੀਆਂ ਸਾਹਮਣੇ ਲਿਆਂਦੀਆਂ। ਤੇ ਤੀਸਰੇ ਜਿਹੜਾ ਹੈਗਾ ਆਪਣਾ ਦਿਨ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਜਿਹੜੇ ਕੈਬਨਿਟ ਮੰਤਰੀ ਆ ਪੰਜਾਬ ਸਰਕਾਰ ਦੇ, ਉਹ ਆਏ ਔਰ ਉਹਨਾਂ ਨੇ ਭਰੇ ਇਕੱਠ ਦੇ ਵਿੱਚ ਕਿਹਾ ਕਿ ਮੈਂ CM ਸਾਹਿਬ ਵੱਲੋਂ ਆਇਆ ਤੇ ਮੈਨੂੰ ਦੱਸੋ ਕੀ ਆ। ਔਰ ਉਹਨਾਂ ਨੇ ਸੰਗਤ ਦੇ ਵਿੱਚ ਖੜ ਕੇ ਜੋ ਗੱਲਾਂ ਕੀਤੀਆਂ ਉਹ ਵੀਡੀਓ ਵੀ ਵਾਇਰਲ ਹੋਈਆਂ, ਲਾਈਵ ਮੀਡੀਆ ਚੈਨਲਾਂ ਦੇ ਉੱਪਰ ਤੁਸੀਂ ਸੁਣਿਆ ਹੋਊਗਾ। ਉਹਨਾਂ ਨੇ ਕਿਹਾ ਕਿ ਤੁਹਾਡੀਆਂ ਮੰਗਾਂ ਜਾਇਜ਼ ਆ ਔਰ ਪ੍ਰਮਾਤਮਾ ਕਰੇ ਤੁਸੀਂ ਸਫਲ ਹੋਵੋ। ਤੇ ਉਸ ਤੋਂ ਬਾਅਦ 2-3 ਘੰਟੇ ਉਹਨਾਂ ਨਾਲ ਮੀਟਿੰਗ ਵੀ ਚੱਲੀ। ਮੀਟਿੰਗ ਦੇ ਵਿੱਚ ਅਸੀਂ ਸਾਰੀਆਂ ਗੱਲਾਂ ਉਹਨਾਂ ਦੇ ਸਾਹਮਣੇ ਜਿਹੜੀਆਂ ਅਸੀਂ ਰੱਖੀਆਂ, ਉਹ ਕਹਿੰਦੇ ਅਸੀਂ ਬੜੀ ਸ਼ੇਰਤਾਨਾ ਇਹਦੇ ਤੇ ਕੰਮ ਕਰ ਰਹੇ, ਸਾਨੂੰ 15 ਦਿਨ ਦਾ ਸਮਾਂ ਦਿਓ ਤੇ ਅਸੀਂ ਜਿਹੜਾ ਹੈ ਇਹਦਾ ਰਿਜ਼ਲਟ ਤੁਹਾਨੂੰ ਦਿਆਂਗੇ, ਤੁਸੀਂ ਜਿਹੜਾ ਇਹ ਮੋਰਚਾ ਇਹਨੂੰ ਉਠਾ ਦਿਓ। ਤਾਂ ਫਿਰ ਉਹਨਾਂ ਨੂੰ ਕਿਹਾ ਵੀ ਭਾਈ ਇਹ ਮੋਰਚਾ ਕੋਈ ਆਮ ਨਹੀਂ ਹੈ, ਇਹ ਜਥੇਦਾਰ ਅਕਾਲ ਤਖ਼ਤ ਵੱਲੋਂ ਮੋਰਚਾ ਲਾਇਆ ਗਿਆ ਜਿਹਨਾਂ ਨੂੰ ਸਰਬੱਤ ਖਾਲਸਾ ਨੇ ਥਾਪਿਆ,
ਇਹ ਬਿਨਾਂ ਪ੍ਰਾਪਤੀ ਤੋਂ ਇੱਦਾਂ ਕਿਵੇਂ ਚੁੱਕ ਲਿਆ ਜਾਵੇ ਮੋਰਚਾ? ਤੇ ਵਾਅਦਿਆਂ ਦੀ ਗੱਲ ਜਿਹੜੀ ਆ, ਵਾਅਦੇ ਤੇ ਕਸਮਾਂ ਹੁਣ ਤੱਕ ਦੇਖਿਆ ਹੀ ਆ, ਹੁਣ 15 ਦਿਨਾਂ ਚ ਕੀ ਕ੍ਰਾਂਤੀ ਕਰੋਗੇ ਜੇ 14 ਮਹੀਨਿਆਂ ਚ ਨਹੀਂ ਹੋਈ ਤਾਂ? ਠੀਕ, ਤਾਂ ਫਿਰ ਉਹਨਾਂ ਨਾਲ ਲੰਬੀ ਗੱਲਬਾਤ ਤੋਂ ਬਾਅਦ ਉਹਨਾਂ ਦੇ ਨਾਲ ਉਹਨਾਂ ਦੇ MLA ਸੀ ਫਰੀਦਕੋਟ ਤੋਂ ਔਰ ਅਫਸਰ ਸੀਗੇ, ਉਹਨਾਂ ਨੇ ਕਿਹਾ ਫਿਰ ਅਸੀਂ CM ਸਾਹਿਬ ਦੇ ਸਾਰਾ ਧਿਆਨ ਚ ਲਿਆਵਾਂਗੇ ਤੇ ਮੁੱਖ ਮੰਤਰੀ ਦੇ ਧਿਆਨ ਚ ਲਿਆ ਕੇ ਜੋ ਵੀ ਗੱਲਬਾਤ ਜਿਹੜੀ ਹੋਊਗੀ ਸਾਨੂੰ ਪਤਾ ਲੱਗਿਆ। ਉਹਨਾਂ ਨੇ ਕਿਹਾ ਵੀ ਤੁਸੀਂ ਮੀਟਿੰਗ ਕਰੋ, ਇਹ ਕਿ ਮੀਟਿੰਗ ਤੋਂ ਅਸੀਂ ਕੋਈ ਗੱਲਬਾਤ ਤੋਂ ਭੱਜਦੇ ਨਹੀਂ ਆ, ਸਾਡੇ ਨੁਮਾਇੰਦੇ ਜਥੇਦਾਰ ਮੰਡ ਸਾਹਿਬ ਨਹੀਂ ਜਾਣਗੇ ਕਿਤੇ ਵੀ, ਬਾਕੀ ਜਥੇਬੰਦੀਆਂ ਦੇ ਨੁਮਾਇੰਦੇ ਸਾਡੇ ਗੱਲਬਾਤ ਇੱਥੇ ਆਏ ਹੋ, ਇੱਥੇ ਵੀ ਜੀ ਆਇਆਂ ਨੂੰ ਬੜੇ ਸਤਿਕਾਰ ਵਾਲੇ ਮਾਹੌਲ ਚ ਹੋਈ ਆ। ਜੇ ਕਦੇ ਉਹ ਅੰਮ੍ਰਿਤਸਰ ਲੁਧਿਆਣਾ ਚੰਡੀਗੜ੍ਹ ਕਿਤੇ ਵੀ ਮੀਟਿੰਗ ਹੁੰਦੀ ਹੈ ਜਥੇਬੰਦੀਆਂ ਦੇ ਆਗੂ ਸਹਿਬਾਨ ਕਰਨਗੇ ਤੇ ਸਾਨੂੰ ਰਿਜ਼ਲਟ ਚਾਹੀਦਾ ਇਹਨਾਂ ਮੁੱਦਿਆਂ ਦੇ ਉੱਤੇ, ਔਰ ਸਾਡੀਆਂ ਬਕਾਇਦਾ ਕਾਨੂੰਨ ਮੰਗਾਂ ਨੇ, ਕੋਈ ਗੈਰ ਕਾਨੂੰਨੀ ਮੰਗ ਨਹੀਂ ਆ। ਤੇ ਬਾਕੀ ਇਹ ਜਿਹੜਾ ਮੋਰਚਾ ਹੈ ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਦੇ ਕੀਤੇ ਵਾਅਦੇ ਯਾਦ ਕਰਾਉਣ ਵਾਸਤੇ ਹੀ ਆ, ਜਿਹੜੇ ਵਾਅਦਿਆਂ ਦੇ ਨਾਲ ਉਹਨਾਂ ਦੀ ਸਰਕਾਰ ਆਈ ਆ ਉਹ ਸੱਤਾ ਚ ਆਏ ਆ, ਕਿ ਉਹਦੇ ਤੋਂ ਅੱਖਾਂ ਨਾ ਫੇਰਨ, ਆਪਣੇ ਵਾਅਦਿਆਂ ਨੂੰ ਪੂਰਾ ਕਰਕੇ ਜੋ ਬਣਦੀ ਕਾਰਵਾਈ ਆ ਇਹਨਾਂ ਮਸਲਿਆਂ ਦੇ ਉੱਤੇ ਉਹ ਕਾਰਵਾਈ ਕਰਨੀ ਚਾਹੀਦੀ ਆ। ਇਹ ਜਿਹੜੀ ਗੱਲਬਾਤ ਆ ਉਹਨਾਂ ਦੇ ਧਿਆਨ ਚ ਸਿਰਫ ਰਜਿੰਦਰ ਸਿੰਘ ਬਾਜਵਾ ਦੇ ਲਿਆਂਦੀ, ਉਹਨਾਂ ਨੇ ਪਾਸੇ ਜਾ ਕੇ CM ਨਾਲ ਗੱਲਬਾਤ ਵੀ ਕੀਤੀ। ਉਹਨਾਂ ਨੇ ਸਾਨੂੰ ਪਤਾ ਲੱਗਿਆ ਕਿ ਕੱਲ ਨੂੰ ਸਾਰੇ ਇਸ ਮਹਿਕਮੇ ਨਾਲ ਜਿਵੇਂ ਪੰਜਾਬ ਪੁਲਿਸ ਦੇ ਆਫਿਸਰ, ਜੇਲ੍ਹ ਵਿਭਾਗ ਦੇ ਆਫਿਸਰ ਸਾਰਿਆਂ ਦੀ ਕੱਲ ਨੂੰ ਉਹਨਾਂ ਨੇ ਮੀਟਿੰਗ ਸੱਦੀ ਹੋਈ ਆ ਕਿ ਸਾਰਿਆਂ ਦੇ ਨਾਲ ਗੱਲਬਾਤ ਕਰਨਗੇ, ਬਾਕੀ ਰਿਜ਼ਲਟ ਗੱਲਬਾਤ ਤੋਂ ਬਾਅਦ ਹੀ ਪਤਾ ਲੱਗੂਗਾ ਕਿ ਉਹ ਰਿਜ਼ਲਟ ਕੀ ਦਿੰਦੇ ਆ। ਜੋ ਸਾਡੀਆਂ ਮੰਗਾਂ ਨੇ, ਤਕਲੀਫ ਬਹੁਤ ਦਿੱਤੀ ਆ ਪੰਜਾਬ ਪੁਲਿਸ ਨੇ, 5-5, 7-7 ਨਾਕੇ ਜਿਹੜੀ ਸੜਕ ਤੇ ਲਾਏ ਆ 4 ਸਵੇਰੇ, ਸੰਗਤਾਂ ਨੂੰ ਆਉਣ ਤੋਂ ਬੜੀ ਮੁਸ਼ਕਲ ਜਿਹੜੀ ਆ, ਪੇਸ਼ ਫਿਰ ਵੀ ਸੰਗਤਾਂ ਕੋਈ ਖੇਤਾਂ ਖੁੱਤਾਂ ਰਾਹੀਂ, ਕੱਚੇ ਰਾਹਾਂ ਰਾਹੀਂ ਸੰਗਤਾਂ ਜਿਹੜੀਆਂ ਨੇ ਕੋਈ ਇੱਕ ਇੱਕ ਦੋ ਦੋ ਕਰਕੇ ਕੋਈ ਬੱਸਾਂ ਰਾਹੀਂ ਕੋਈ ਕਿਸ ਤਰ੍ਹਾਂ ਉੱਥੇ ਪਹੁੰਚਦੇ, ਕੁਝ ਆਗੂ ਜਿਹੜੇ ਆ ਉਹਨਾਂ ਨੂੰ ਆਉਣ ਦਿੱਤਾ ਜਾਂਦਾ ਕੁਛ, ਇਸ ਕਰਕੇ ਆਮ ਸੰਗਤ ਨੂੰ ਆਉਣ ਤੋਂ ਜਿਹੜਾ ਰੁਕਾਵਟ, ਪਰ ਫਿਰ ਵੀ ਸੰਗਤਾਂ ਵੱਡੀ ਗਿਣਤੀ ਚ ਉੱਥੇ ਜਿਹੜੀਆਂ ਉਹ ਪਹੁੰਚ ਰਹੀਆਂ ਨੇ, ਆਗੂ ਵੀ ਪਹੁੰਚ ਰਹੇ ਆ ਤੇ ਵਿਚਾਰ ਚਰਚਾ ਵੀ ਹੁੰਦੀ ਆ ਤੇ ਜਾਪ ਵੀ ਚੱਲ ਰਹੇ ਆ। ਤੇ ਇਸ ਤਰ੍ਹਾਂ ਜਿਹੜਾ ਹੈ ਸੰਗਤਾਂ ਗੁਰੂ ਕੇ ਲੰਗਰ ਤਿਆਰ ਕਰਕੇ ਜਲ ਪਾਣੀ ਲੈ ਕੇ ਵੀ ਆਸੇ ਪਾਸੇ, ਭਾਵੇਂ ਪੱਕੇ ਤੌਰ ਤੇ ਅਸੀਂ ਵੀ ਪ੍ਰਬੰਧ ਕੀਤਾ ਹੋਇਆ ਉੱਥੇ, ਤੇ ਸੰਗਤਾਂ ਵੀ ਬੜੇ ਉਤਸ਼ਾਹ ਦੇ ਨਾਲ ਜਿਹੜਾ ਹੈਗਾ, ਜਿੰਨੀਆਂ ਵੀ ਬਰਗਾੜੀ 1 ਜੂਨ ਇਕੱਠੀਆਂ ਹੋਈਆਂ ਸੀ ਸਾਰੀਆਂ, ਜਿਸ ਤਰ੍ਹਾਂ ਪਹਿਲਾਂ ਕੋਈ ਇਕੱਠ ਹੁੰਦਾ ਜਾਂ ਕੋਈ ਗੱਲ ਹੋਰ ਬਾਤ ਹੁੰਦੀ ਤਾਂ ਸੰਗਤਾਂ ਚ ਨਾਰਾਜ਼ਤਾ ਹੁੰਦੀ ਕਿ ਕੋਈ ਪ੍ਰੋਗਰਾਮ ਨਹੀਂ ਮਿਲਿਆ। ਤਾਂ ਇਸ ਵਾਰ ਸੰਗਤਾਂ ਨੂੰ ਪੱਕਾ ਪ੍ਰੋਗਰਾਮ ਜਿਹੜਾ ਉਹ ਦਿੱਤਾ ਗਿਆ ਵੀ ਲਓ ਭਾਈ ਹੁਣ ਮੈਂ ਖੁਦ ਬੈਠਾ, ਭਾਵੇਂ ਕੁਰਬਾਨੀ ਲਈ ਬਹੁਤ ਸਿੱਖ ਤਿਆਰ ਆ, ਪਰ ਭਾਈ ਧਿਆਨ ਸਿੰਘ ਨੇ ਕਿਹਾ ਵੀ ਮੈਂ ਕਿਸੇ ਦੀ ਕੁਰਬਾਨੀ ਨਹੀਂ, ਮੈਂ ਆਪਣੀ ਕੁਰਬਾਨੀ ਦਿਆਂਗਾ ਤੇ ਮੈਂ ਆ ਬੈਠਾ ਪੱਕਾ ਮੋਰਚਾ ਲਾ ਕੇ ਸਰਕਾਰ ਹੱਲ ਕਰੇ, ਨਹੀਂ ਜੇ ਕਰੇਗੀ ਤਾਂ ਫਿਰ ਅਸੀਂ ਕੋਈ ਵੀ ਕੁਰਬਾਨੀ ਕਰਨ ਵਾਸਤੇ ਅਗਲਾ ਸਟੈਪ ਜਿਹੜਾ ਉਹ ਚੱਕਾਂਗੇ। ਸਾਰੀ ਪੂਰਾਮਨ ਤਰੀਕੇ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਸਾਡਾ ਜਿਹੜਾ ਹੈਗਾ ਕਿ ਕੋਈ ਰਾਹ ਨੀ ਰੋਕਿਆ, ਕੋਈ ਸੜਕ ਨੀ ਰੋਕੀ, ਕੋਈ ਰੇਲਾਂ ਨੀ ਰੋਕੀਆਂ, ਕੋਈ CM ਦੀ ਕੋਠੀ ਦਾ ਘਰਾਓ ਨੀ ਕੀਤਾ, ਕੋਈ DCS ਦੀ ਕੋਠੀ ਦਾ ਘਰਾਓ ਨੀ ਕੀਤਾ, ਸ਼ਾਂਤਮਈ ਤਰੀਕੇ ਦੇ ਨਾਲ ਦਾਣਾ ਮੰਡੀ ਦੇ ਵਿੱਚ ਜਿਹੜਾ ਹੈਗਾ ਸੰਗਤਾਂ ਟੈਂਟ ਲਗਾ ਕੇ ਤੇ ਆਪਣਾ ਮੋਰਚੇ ਤੇ ਡਟੀਆਂ ਹੋਈਆਂ ਨੇ। ਸਿੰਘ ਸਾਹਿਬ ਜੀ, ਜਿਹੜਾ ਤੁਸੀਂ ਆਪ ਹੀ ਗੱਲ ਕੀਤੀ ਆ ਕਿ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਸੀ ਕੈਪਟਨ ਅਮਰਿੰਦਰ ਸਿੰਘ ਨੇ, ਬਰਗਾੜੀ ਆ ਕੇ ਕਸਮ ਵੀ ਖਾਧੀ ਸੀ, 14 ਮਹੀਨੇ ਹੋ ਗਏ ਫਿਰ ਵੀ ਕੁਛ ਨਹੀਂ ਕੀਤਾ, ਤੇ 14 ਮਹੀਨੇ ਜੇ ਉਹਦੀ ਕਸਮ ਖਾਧੀ ਨੂੰ ਜਦੋਂ ਮਤਲਬ ਪਹਿਲਾਂ ਅਕਾਲੀ ਭਾਜਪਾ ਸਰਕਾਰ ਦੇ ਖਿਲਾਫ਼ ਵੀ ਤੁਸੀਂ ਬਹੁਤ ਵੱਡੀ ਮੁਹਿੰਮ ਉਦੋਂ ਕੀਤੀ, ਤੇ ਉਹਨਾਂ ਨੂੰ ਤੇ ਚਲੋ ਸੰਗਤਾਂ ਨੇ ਜਾਂ ਲੋਕਾਂ ਨੇ ਵੋਟਾਂ ਤੋਂ ਮਤਲਬ ਚੋਣਾਂ ਦੇ ਵਿੱਚੋਂ ਹਾਰ ਦਵਾ ਕੇ ਪਾਸੇ ਕਰ ਦਿੱਤਾ, ਤੇ ਤੁਸੀਂ ਪ੍ਰੋਗਰਾਮ ਦੇਣ ਦੇ ਵਿੱਚ ਇੰਨੀ ਦੇਰ ਕਿਉਂ ਲਾ ਦਿੱਤੀ, 14 ਮਹੀਨੇ ਤੁਸੀਂ ਕਿਉਂ ਲਾ ਦਿੱਤੇ? ਅਸਲ ਜਦੋਂ ਕਹਿੰਦੇ ਕੋਈ ਵੀ ਸਮਾਂ ਜਦੋਂ ਬਣਦਾ, ਸਰਕਾਰ ਬਣਦੀ ਹੈ ਜਾਂ ਕੋਈ, ਉਹਨੂੰ ਸਮਾਂ ਦੇਣਾ ਚਾਹੀਦਾ। ਹਾਂਜੀ, ਅਸੀਂ ਜਿਹੜਾ ਹੈਗਾ ਉਹਨਾਂ ਨੂੰ ਬਕਾਇਦਾ ਸਮਾਂ ਦਿੱਤਾ, ਉਹ ਗੱਲਬਾਤ ਵੀ ਚੱਲਦੀ ਰਹੀ, ਉਹ ਮਤਲਬ ਇੱਕ ਗੱਲਬਾਤ ਤੇ ਵੀ ਅਸੀਂ ਕਰਾਂਗੇ, ਕਮਿਸ਼ਨ ਵੀ ਬਣਾਇਆ, ਉਹ ਬਿਆਨ ਵੀ ਲੈਂਦੇ ਰਹੇ ਜਾਂ ਹੋਰ ਗੱਲਾਂ ਬਾਤਾਂ ਵੀ। ਪਹਿਲੀ ਗੱਲ ਤਾਂ 1 ਸਾਲ ਦਾ ਸਰਕਾਰ ਨੂੰ ਪੈਰਾਂ ਤੇ ਹੋਣ ਤੇ ਹੀ ਲੱਗਦਾ, 10 ਸਾਲ ਜਿਹੜਾ ਲਗਾਤਾਰ ਸੱਤਾ ਚ ਭਰੇ ਰਹੇ, 10 ਸਾਲ ਅਕਾਲੀ ਭਾਜਪਾ ਦਾ ਰਾਜ ਰਿਹਾ, ਤੇ 1 ਸਾਲ ਜਿਹੜਾ ਸੀਗਾ ਅਸੀਂ ਫਿਰ ਵੀ ਸਮਾਂ ਉਡੀਕਦੇ। ਪਿਛਲੇ ਸਮੇਂ ਅਸੀਂ ਪ੍ਰੋਟੈਸਟ ਵੀ ਕੀਤਾ, ਉਹਨਾਂ ਨੇ ਕਿਹਾ ਅਸੀਂ ਇਨਸਾਫ਼ ਦਿਆਂਗੇ, ਅਸੀਂ ਕੋਟਕਪੂਰਾ ਚੌਂਕ ਦੇ ਵਿੱਚ ਸੰਕੇਤ ਮਾਤਰ ਮੁਜ਼ਾਹਰਾ ਵੀ ਕੀਤਾ ਸੀਗਾ, ਰੋਸ ਮੁਜ਼ਾਹਰਾ, ਪਰ ਜਦੋਂ ਵੇਖਿਆ ਕਿ ਸਰਕਾਰ ਜਿਹੜੀ ਇਸ ਪਾਸੇ ਧਿਆਨ ਹੀ ਦੇ ਰਹੀ, ਉਹਨਾਂ ਕੋਲੇ ਜਿਹੜਾ ਹੈਗਾ ਹੋਰ ਆਸੇ ਪਾਸੇ ਜਾਣ ਵਾਸਤੇ, ਦਿੱਲੀ ਜਾਣ ਲਈ, ਚੰਡੀਗੜ੍ਹ ਮਨਾਲੀ ਜਾਣ ਵਾਸਤੇ ਤੇ ਹੋਰ ਖੰਡੀਆਂ ਥਾਵਾਂ ਤੇ ਜਾਣ ਲਈ ਸਮਾਂ ਤਾਂ ਹੈਗਾ,
ਪਰ ਜਿਹੜਾ ਵਾਅਦਾ ਪੰਜਾਬ ਦੇ ਲੋਕਾਂ ਨਾਲ ਜਾਂ ਗੁਰੂ ਕੇ ਸਿੱਖਾਂ ਨਾਲ ਕੀਤਾ ਸੀ ਉਹਦੇ ਵੱਲ ਧਿਆਨ ਨਹੀਂ ਤਾਂ ਫਿਰ ਤਾਂ ਕਰਕੇ ਜਿਹੜਾ ਮੋਰਚਾ ਵਾ ਪੂਰਾ ਮੌਕਾ ਦੇ ਕੇ ਵੀ ਕੋਈ ਇਹ ਵੀ ਨਾ ਕਰੇ ਵੀ ਬੜੀ ਕਾਹਲੀ ਦੇ ਨਾਲ ਇਹਨਾਂ ਨੇ ਜਿਹੜਾ ਹੈਗਾ ਵੀ ਸਰਕਾਰ ਦਾ ਜੇ ਪੈਰਾਂ ਤੇ ਨਹੀਂ ਸੀ ਤੇ ਅਜੇ ਇਹਨਾਂ ਨੇ ਕਾਹਲੀ ਨਾਲ ਮੋਰਚਾ ਲਾ ਦਿੱਤਾ ਅਜੇ ਪੂਰਾ ਮੌਕਾ ਦੇ ਕੇ ਉਹਨਾਂ ਨੂੰ ਤੇ ਫਿਰ ਜੇਕਰ ਇਨਸਾਫ਼ ਨਹੀਂ ਹੋਇਆ ਵਾਅਦੇ ਵਫਾ ਨਹੀਂ ਹੋਏ ਤੇ ਫਿਰ ਅਸੀਂ ਪੱਕਾ ਮੋਰਚਾ ਜਿਹੜਾ ਇਹ ਸ਼ੁਰੂ ਕੀਤਾ ਇਹ ਸੰਗਤ ਸਾਹਿਬ ਜੀ ਇਹ ਵੀ ਗੱਲਾਂ ਇਹ ਵੀ ਸਵਾਲ ਪੈਦਾ ਹੋ ਰਿਹਾ ਬਈ ਇੱਕ ਪਾਸੇ ਤੇ ਕਿਸਾਨਾਂ ਨੇ 10 ਦਿਨ ਦਾ ਮੋਰਚਾ ਜਿੱਦਾਂ ਸ਼ੁਰੂ ਕੀਤਾ ਤੇ ਉਸੇ ਟਾਈਮ ਇਹ ਤੁਸੀਂ ਮੋਰਚਾ ਇਹ ਲਾ ਦਿੱਤਾ ਤੇ ਇਹਦੇ ਵਿੱਚ ਕੋਈ ਮਤਲਬ ਏਦਾਂ ਕਿਉਂ ਕੀਤਾ ਕਿਸਾਨਾਂ ਦਾ ਮੋਰਚਾ ਜਦੋਂ ਬਰਗਾੜੀ ਦਾ ਕਾਂਡ ਹੋਇਆ ਉਦੋਂ ਵੀ ਕਿਸਾਨਾਂ ਦੀ ਮਹਿਮ ਬਹੁਤ ਉੱਪਰ ਗਈ ਹੋਈ ਸੀ ਤੇ ਬਰਗਾੜੀ ਦਾ ਕਾਂਡ ਵਾਪਰ ਗਿਆ ਤੇ ਹੁਣ ਜਦੋਂ ਕਿਸਾਨਾਂ ਨੇ ਫਿਰ ਮਹਿਮ ਸ਼ੁਰੂ ਕੀਤੀ ਆ ਤੇ ਤੁਸੀਂ ਮੋਰਚਾ ਲਾ ਦਿੱਤਾ ਦੇਖੋ ਜਿਹੜਾ ਕਿਸਾਨਾਂ ਦਾ ਮੋਰਚਾ ਉਹ ਪੂਰੇ ਆਲ ਓਵਰ ਇੰਡੀਆ ਚ ਚੱਲ ਰਿਹਾ ਵਾ ਹਾਂਜੀ ਜਿਹੜਾ ਸਾਡਾ ਮੋਰਚਾ ਇਹ ਜਿਹੜਾ ਹੈਗਾ ਇਹ ਪੰਜਾਬ ਵਿੱਚ ਜਿਹੜਾ ਚੱਲ ਰਿਹਾ ਬਾਕੀ ਜਿਹੜਾ ਹੈਗਾ ਨਾ ਤਾਂ ਉਹਨਾਂ ਵਾਲੇ ਮੋਰਚੇ ਦਾ ਇਹਦੇ ਨਾਲ ਕੋਈ ਵਿਰੋਧ ਆ ਇਹਦਾ ਉਹਦੇ ਤੇ ਕੋਈ ਅਸਰ ਆ ਤੇ ਨਾ ਉਹਨਾਂ ਵਾਲੇ ਮੋਰਚੇ ਦਾ ਇਸ ਤੇ ਅਸਰ ਆ ਉਹ ਹੱਕੀ ਮੰਗਾਂ ਜਿਹੜੀਆਂ ਕਿਸਾਨੀ ਆਰਥਿਕਤਾ ਦੀਆਂ ਮੰਗਾਂ ਉਹਨਾਂ ਨੂੰ ਲੈ ਕੇ ਸ਼ੁਰੂ ਹੋਇਆ ਤੇ ਇਹ ਧਾਰਮਿਕ ਮੰਗਾਂ ਨੂੰ ਲੈ ਕੇ ਸ਼ੁਰੂ ਹੋਇਆ ਵਾ ਠੀਕ ਹੈ ਕਿਸਾਨ ਵੀ ਆਪਣਾ ਕਿਸਾਨ ਜਥੇਬੰਦੀਆਂ ਵੀ 1 ਜੂਨ ਨੂੰ ਵੱਡੀ ਗਿਣਤੀ ਦੇ ਵਿੱਚ ਕਿਸਾਨ ਵੀ ਉੱਥੇ ਪਹੁੰਚੇ ਹੋਏ ਸੀਗੇ ਤੇ ਹੁਣ ਵੀ ਜਿਹੜਾ ਹੈਗਾ ਇਸ ਮੋਰਚੇ ਦੇ ਵਿੱਚ ਪਹੁੰਚ ਰਹੇ ਤੇ ਬਾਕੀ ਜਿਹੜਾ ਕਿਸਾਨਾਂ ਨੇ ਮੋਰਚਾ ਲਾਇਆ ਅਸੀਂ ਕੋਈ ਉਹਦਾ ਵੀ ਵਿਰੋਧ ਨਹੀਂ ਕੀਤਾ ਕੋਈ ਉਹਦਾ ਵਿਰੋਧ ਜਿਹੜਾ ਅਸੀਂ ਲਾਇਆ ਸੀ ਤਾਂ ਸਗੋਂ ਕਿਸਾਨ ਦੇ ਪੁੱਤ ਹੋਣ ਕਰਕੇ ਕਿਸਾਨੀ ਦਾ ਸਮਰਥਨ ਕਰਦੇ ਆ ਉਹਨਾਂ ਨੇ ਜਿਹੜਾ ਹੈਗਾ ਉਹਨਾਂ ਦਾ ਜਿਹੜਾ ਸੀਗਾ ਉਹ 10 ਜੂਨ ਤੱਕ ਬਾਕੀ 10 ਜੂਨ ਵੀ ਨਹੀਂ ਉਹਨਾਂ ਨੇ ਤਾਂ ਸ਼ਾਇਦ ਲੱਗਦਾ ਪੰਜਾਬ ਵਿੱਚ 6 ਜੂਨ ਤੱਕ ਸੀਮਿਤ ਕਰ ਦਿੱਤਾ ਪਰ ਜਿਹੜਾ ਇਹ ਮੋਰਚਾ ਇਹ ਤਾਂ ਅਣਮਿੱਥੇ ਸਮੇਂ ਵਾਸਤੇ ਆ ਇਹ ਤਾਂ ਕੋਈ ਸਮਾਂ ਸੀਮਾ ਜਿਹੜੀ ਆ ਉਹ ਤੈਅ ਨਹੀਂ ਕੀਤੀ ਗਈ ਇਹ ਤਾਂ ਮੋਰਚਾ ਇਨਸਾਫ਼ ਮੋਰਚਾ ਆਰੰਭ ਹੋ ਗਿਆ ਦੇਖੋ ਪਹਿਲੀ ਗੱਲ ਤਾਂ ਇਹ ਆ ਕਿ ਭਾਰਤ ਦੇ ਜਿਹੜੇ 11 ਪ੍ਰਧਾਨ ਮੰਤਰੀ ਹੋਏ ਆ ਹਾਂਜੀ ਕਿਸੇ ਨੇ ਗੁਰੂ ਦੇ ਲੰਗਰ ਤੇ ਟੈਕਸ ਨਹੀਂ ਲਾਇਆ ਨੰਬਰ 2 ਇੱਥੇ ਅੰਗਰੇਜ਼ਾਂ ਦਾ ਰਾਜ ਰਿਹਾ ਮੁਗਲਾਂ ਦਾ ਰਾਜ ਰਿਹਾ ਗੁਰੂ ਕੇ ਲੰਗਰ ਤੇ ਤਾਂ ਉਹਨਾਂ ਨੇ ਵੀ ਜਜ਼ੀਆ ਟੈਕਸ ਨਹੀਂ ਲਾਇਆ ਇਹ ਨਰਿੰਦਰ ਮੋਦੀ ਪਹਿਲਾ ਪ੍ਰਧਾਨ ਮੰਤਰੀ ਹੈ ਜਿਸ ਨੇ ਗੁਰੂ ਕੇ ਲੰਗਰ ਦੇ ਉੱਤੇ ਵੀ ਟੈਕਸ ਲਾ ਦਿੱਤਾ GST ਲਾ ਦਿੱਤਾ ਸਾਰੇ ਸੰਸਾਰ ਵਿੱਚ ਇਸ ਦਾ ਵਿਰੋਧ ਹੋਇਆ ਤੇ ਅਕਾਲੀ ਦਲ ਨੇ ਵੀ ਸੁਖਬੀਰ ਬਾਦਲ ਤੇ ਹਰਸਿਮਰਤ ਜੋ ਕੇਂਦਰੀ ਮੰਤਰੀ ਆ ਉਹਨੇ ਬਿਆਨ ਦਿੱਤਾ ਸੀ ਕਿ ਜੇਕਰ GST ਜਿਹੜਾ ਹੈਗਾ ਉਹ ਨਾ ਲੰਗਰ ਤੋਂ ਲਾਇਆ ਗਿਆ ਅਸੀਂ ਜਿਹੜਾ ਹੈਗਾ ਅਸਤੀਫਾ ਦੇ ਦਿਆਂਗੇ ਤੇ ਨਾਲੇ ਤੋੜ ਵਿਛੋੜਾ ਵੀ ਕਰ ਲਾਂਗੇ ਵਿਰਸਾ ਵਟੋਏ ਦਾ ਵੀ ਬਟਨ ਆਇਆ ਵਿਰਸਾ ਸਿੰਘ ਵਟੋਏ ਦਾ ਹਨਾ ਠੀਕ ਹੈ ਉਹਨਾਂ ਦਾ ਵੀ ਬਿਆਨ ਜਿਹੜਾ ਸੀ ਆਇਆ ਸਾਹਮਣੇ ਪਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਹੁਣ ਜਿਹੜੀ ਗੱਲ ਹੋਈ ਹੈ GST ਪਹਿਲੀ ਗੱਲ ਤਾਂ ਇਹ ਹੈ ਕਿ ਗੁਰੂ ਕੇ ਲੰਗਰ ਤੇ ਲਾਉਣੀ ਨਹੀਂ ਚਾਹੀਦੀ ਹੁਣ ਵੀ ਕੋਈ GST ਹਟਾਈ ਨਹੀਂ ਗਈ ਰਘਵੀਰ ਸਿੰਘ ਜੀ GST ਉਸੇ ਤਰ੍ਹਾਂ ਲਾਗੂ ਆ ਸਰਕਾਰ ਨੇ ਇੱਕ ਸੇਵਾ ਭੋਜ ਯੋਜਨਾ ਨਾਂ ਦੀ ਜੋ ਉਹਨਾਂ ਦਾ ਜਿਹੜਾ ਆਰਡਰ ਜਾਰੀ ਹੋਇਆ ਵਾਇਰਲ ਹੋਇਆ ਵਾ ਪੰਜਾਬ ਸੈਂਟਰ ਸਰਕਾਰ ਦਾ ਨੋਟੀਫਿਕੇਸ਼ਨ ਜਿਹੜਾ ਭੋਜ ਯੋਜਨਾ ਨਾਂ ਦੀ ਇੱਕ ਉਹਨਾਂ ਨੇ ਸਕੀਮ ਬਣਾਈ ਹੈ ਕਿ ਜਿੱਥੇ ਫ੍ਰੀ ਭੋਜਨ ਖਵਾਇਆ ਜਾਂਦਾ 1000 ਬੰਦੇ ਤੋਂ ਵੱਧ ਵੀ ਉਹਨਾਂ ਦੇ ਜਿਹੜਾ ਵੀ ਟੈਕਸ ਲੱਗਦਾ ਵਾ ਉਹ ਸਾਨੂੰ ਰਸੀਦਾਂ ਦੇਣ ਤੇ ਅਸੀਂ ਉਹਨੂੰ ਰਿਫੰਡ ਕਰ ਦਿਆ ਕਰਾਂਗੇ 325 ਕਰੋੜ ਪਹਿਲੇ ਸਾਲ ਦੀ ਰੱਖੇ ਕਿਉਂਕਿ 2019 ਚ ਇਲੈਕਸ਼ਨ ਵੀ ਆ ਠੀਕ ਤੇ ਉਹ ਇਲੈਕਸ਼ਨ ਨੂੰ ਮੁੱਖ ਰੱਖਦੇ 1 ਸਾਲ ਵਾਸਤੇ ਇਹਨਾਂ ਨੇ ਜਿਹੜੀ ਯੋਜਨਾ ਜਿਹੜੀ ਲਿਆਂਦੀ ਆ ਉਹਦੇ ਨਾਲ ਕੀ ਹੈ ਕਿ ਜੇ ਗੁਰੂ ਕੇ ਲੰਗਰ ਦੇ ਵਿੱਚ 2 ਕਰੋੜ ਜਾਂ 3 ਕਰੋੜ ਦਾ ਉੱਥੇ ਟੈਕਸ ਲੱਗਦਾ GST ਲੱਗਦਾ ਤੇ ਉਹ ਹੁਣ ਰਸੀਦਾਂ ਦਿਆ ਕਰੂਗੀ ਸ਼੍ਰੋਮਣੀ ਕਮੇਟੀ ਉਹਨਾਂ ਨੂੰ ਤੇ ਉਹ ਰਿਫੰਡ ਕਰਿਆ ਕਰਨਗੇ ਭਾਵ ਕਿ ਮੋਦੀ ਜਿਹੜਾ ਉਹ ਆਪਣੇ ਆਪ ਨੂੰ ਗੁਰੂ ਰਾਮਦਾਸ ਤੋਂ ਤੇ ਗੁਰੂ ਘਰ ਤੋਂ ਵੱਡਾ ਦਿਖਾਉਣਾ ਚਾਹੁੰਦਾ ਕਿ ਮੈਂ ਗੁਰੂ ਘਰ ਦੇ ਲੰਗਰ ਦੀ ਜਿਹੜੀ ਆ GST ਆ ਮੈਂ ਉਹਨਾਂ ਨੂੰ ਖਰਾਬ ਦੇ ਰਿਹਾ 200 ਜਾਂ 300 ਕਰੋੜ ਜਿਹੜਾ 2 ਕਰੋੜ ਜਾਂ 3 ਕਰੋੜ ਜਿਹੜਾ ਹੈ ਉਹ ਮੈਂ ਖਰਾਬ ਦੇ ਰਿਹਾ ਜਦੋਂ ਕਿ ਗੁਰੂ ਘਰ ਦਾ ਇਤਿਹਾਸ ਆ ਕਿ ਗੁਰੂ ਅਮਰਦਾਸ ਮਹਾਰਾਜ ਕੋਲੇ ਗੋਇੰਦਵਾਲ ਸਾਹਿਬ ਬਾਦਸ਼ਾਹ ਅਕਬਰ ਆਇਆ ਤਾਂ ਗੁਰੂ ਸਾਹਿਬ ਨੇ ਉਸ ਨੂੰ ਪਹਿਲਾਂ ਪੰਗਤ ਚ ਬਿਠਾਇਆ ਪੰਗਤ ਚ ਬਿਠਾਉਣ ਦਾ ਮਤਲਬ ਸੀ ਬਰਾਬਰਤਾ ਹਾਂਜੀ ਤੇ ਗੁਰੂ ਕਾ ਲੰਗਰ ਛਕਿਆ ਜੇ ਉਹਨੇ ਜ਼ਗੀਰ ਦੇਣੀ ਚਾਹੀਦੀ ਗੁਰੂ ਚਾਹੀ ਗੁਰੂ ਕੇ ਲੰਗਰ ਨੂੰ ਵੀ ਇਹ ਲੰਗਰ ਜਿਹੜਾ ਸ਼ਾਹੀ ਜ਼ਗੀਰ ਨਾਲ ਸ਼ਾਹੀ ਖਜ਼ਾਨੇ ਚੱਲੇ ਗੁਰੂ ਸਾਹਿਬ ਨੇ ਇਹਦੀ ਖਰਾਤ ਪ੍ਰਵਾਨ ਨਹੀਂ ਕੀਤੀ ਭਾਵੇਂ ਕਿ ਉਹ ਵੱਖਰੀ ਗੱਲ ਹੈ ਕਿ ਜਾਂਦਾ ਫਿਰ ਜਦੋਂ ਗੁਰੂ ਕੇ ਲੰਗਰ ਚ ਪ੍ਰਵਾਨ ਨਹੀਂ ਹੋਏ ਤਾਂ ਬੀਬੀ ਭਾਨੀ ਜੀ ਦੇ ਨਾਂ ਤੇ ਉਹਨੇ ਕੋਈ ਜ਼ਗੀਰ ਕਈ ਪਿੰਡਾਂ ਦੀ ਲਾਈ ਸੀਗੀ ਇਤਿਹਾਸ ਆ ਠੀਕ ਹੈ ਪਰ
ਗੁਰੂ ਕੇ ਲੰਗਰ ਦੇ ਵਿੱਚ ਉਹਦੀ ਖਰਾਦ ਪ੍ਰਵਾਨ ਨੇ ਕੀਤੀ। ਇਸੇ ਤਰ੍ਹਾਂ ਥੋੜਾ ਸਮਾਂ ਪਹਿਲਾਂ ਰੱਖੜਾ ਪਰਿਵਾਰ ਦੇ ਵੱਲੋਂ ਗੁਰੂ ਰਾਮਦਾਸ ਦਾ ਲੰਗਰ 1 ਜਾਂ 2 ਸਾਲ ਲਈ ਸੇਵਾ ਲੈਣੀ ਚਾਹੀਦੀ ਸੀ ਵੀ ਅਸੀਂ ਇਹ ਸੇਵਾ ਜਿਹੜੀ ਅਸੀਂ ਆਪ ਕਰਨੀ ਚਾਹੁੰਦੇ ਹਾਂ, ਪਰ ਸੰਗਤਾਂ ਦੇ ਵਿਰੋਧ ਕਰਕੇ ਉਹ ਵੀ ਪ੍ਰਵਾਨ ਨਹੀਂ ਹੋਈ ਵੀ ਇਹ ਗੁਰੂ ਕੀਆਂ ਸੰਗਤਾਂ ਦੇ ਦਸਵੰਧ ਤੋਂ ਗੁਰੂ ਕਾ ਲੰਗਰ ਸ਼ਰਧਾ ਭਾਵਨਾ ਨਾਲ ਚੱਲਦਾ ਤੇ ਇੱਥੇ ਕੋਈ ਇਸ ਤਰ੍ਹਾਂ ਦੀ ਖਰਾਦ ਜਿਹੜੀ ਆ ਉਹ ਪ੍ਰਵਾਨ ਨਹੀਂ, ਗੁਰੂ ਘਰ ਤੋਂ ਵੱਡਾ ਕੋਈ ਨਹੀਂ ਆ। ਹੁਣ ਇਹ ਜਿਹੜਾ ਅੱਖਾਂ ਚ ਘੱਟਾ ਪਾਇਆ ਗਿਆ, ਜਿਸ ਤਰ੍ਹਾਂ ਸੁਖਬੀਰ ਬਾਦਲ ਹਰਸਿਮਰਤ ਹੋਣਾ ਨੇ ਭੰਗੜੇ ਪਾਏ ਜਾਂ ਉਹਨਾਂ ਦੇ ਜਿਹੜੇ ਸਿੱਧੇ ਲਫ਼ਜ਼ ਮੈਂ ਵਰਤਾਂ ਕਿ ਉਹਨਾਂ ਦੇ ਚਹੇਤੇ ਆ, ਚਮਚੇ ਆ, ਜਿਸ ਤਰ੍ਹਾਂ ਉਹਨਾਂ ਨੇ ਸੰਗਤਾਂ ਦੇ ਅੱਖਾਂ ਚ ਘੱਟਾ ਪਾਉਣ ਦੀ ਕੋਸ਼ਿਸ਼ ਕੀਤੀ ਆ, ਉਹ ਬਰਦਾਸ਼ਤ ਦੇ ਕਾਬਿਲ ਨਹੀਂ ਆ। ਕਿਉਂਕਿ GST ਹਟਾਈ ਨਹੀਂ ਗਈ ਗੁਰੂ ਕੇ ਲੰਗਰ ਤੋਂ, ਉਲਟਾ ਅੱਜ ਹੁਣ ਕੀ ਅਸੀਂ ਗੁਰੂ ਕੇ ਲੰਗਰ ਨੂੰ ਸੇਵਾ ਭੋਜ ਯੋਜਨਾ ਕਿਹਾ ਕਰਾਂਗੇ, ਜਿਹੜੀ ਸੈਂਟਰ ਸਰਕਾਰ ਨੇ ਬਣਾਈ। ਹੁਣ ਗੁਰੂ ਕਾ ਲੰਗਰ ਨੇ ਸੇਵਾ ਭੋਜ ਯੋਜਨਾ, ਇਹ ਸੇਵਾ ਭੋਜ ਯੋਜਨਾ ਜਿਹੜੀ ਆ ਇਕੱਲੀ ਦਰਬਾਰ ਸਾਹਿਬ ਲਈ ਆ ਜਾਂ ਕਿ ਸਾਰੇ ਜਿੰਨੇ ਮਤਲਬ ਹੋਰ ਧਰਮ ਆ ਉਹਨਾਂ ਵਾਸਤੇ ਵੀ ਆ? ਜਿੱਥੇ ਜਿੱਥੇ ਵੀ ਕਿਤੇ 100,000 ਬੰਦੇ ਤੋਂ ਵੱਧ ਲੰਗਰ ਜਿਹੜਾ ਫ੍ਰੀ ਛਕਾਇਆ ਜਾਂਦਾ ਇਹ ਉਹਨਾਂ ਦੇ ਉੱਤੇ ਲਾਗੂ ਹੁੰਦੀ ਆ। ਠੀਕ, ਪਰ ਇਹਦੇ ਨਾਲ ਇਹ ਹੈ ਕਿ ਭਾਰਤ ਦੇ ਵਿੱਚ ਇੱਕ ਤਿਰੁਪਤੀ ਬਾਲਾ ਜੀ ਮੰਦਰ ਆ, ਉਹਦੇ ਤੋਂ GST ਸਿੱਧੇ ਤੌਰ ਤੇ ਮਾਫ਼ ਆ। ਠੀਕ ਹੈ, ਜਦੋਂ ਤਿਰੁਪਤੀ ਬਾਲਾ ਜੀ ਮੰਦਰ ਜਦੋਂ ਦੁਨੀਆਂ ਦੀ ਸਭ ਤੋਂ ਵੱਡੀ ਰਸੋਈ ਜਿਹੜੀ ਆ, ਗੁਰੂ ਰਾਮਦਾਸ ਦਾ ਲੰਗਰ ਆ, ਜਿੱਥੋਂ ਲੱਖਾਂ ਰੋਜ਼ ਸੰਗਤਾਂ ਫ੍ਰੀ ਲੰਗਰ ਛਕਦੀਆਂ ਨੇ, ਉਸ ਗੁਰੂ ਜੀ ਤਿਰੁਪਤੀ ਬਾਲਾ ਜੀ ਮੰਦਰ ਤੋਂ GST ਮੁਕਤ ਹੋ ਸਕਦੀ ਹੈ, ਤੇ ਗੁਰੂ ਨਾਨਕ ਦੇ ਗੁਰੂ ਰਾਮਦਾਸ ਦੇ ਲੰਗਰ ਦੇ ਤੋਂ ਕਿਉਂ ਨਹੀਂ? ਔਰ ਇੱਥੇ ਲਾਇਆ ਕਿਉਂ ਗਿਆ? ਸਭ ਤੋਂ ਵੱਡਾ ਰੋਸ ਆ ਸਾਨੂੰ ਕਿ ਅੱਜ ਤੱਕ ਕਿਸੇ ਪ੍ਰਧਾਨ ਮੰਤਰੀ ਨੇ, ਮੁਗਲਾਂ ਅੰਗਰੇਜ਼ਾਂ ਨੇ ਵੀ ਗੁਰੂ ਨਾਨਕ ਦੇ ਲੰਗਰ ਤੇ ਟੈਕਸ ਨਹੀਂ ਸੀ ਲਾਇਆ ਜਿਹੜਾ ਨਰਿੰਦਰ ਮੋਦੀ ਨੇ ਲਾਇਆ, ਤੇ ਜਿਹੜਾ ਜਿਸ ਤਰੀਕੇ ਦੇ ਨਾਲ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਕਮੇਟੀ, ਕੈਬਨਿਟ ਮੰਤਰੀ ਹਰਸਿਮਰਤ ਕੌਰ ਤੇ ਜਿਸ ਤਰ੍ਹਾਂ ਸੁਖਬੀਰ ਬਾਦਲ ਨੇ ਜਿਸ ਤਰੀਕੇ ਦੇ ਨਾਲ ਇਹਦੇ ਅੱਖਾਂ ਚ ਘੱਟਾ ਪਾਉਣ ਦੀ ਕੋਸ਼ਿਸ਼ ਕੀਤੀ ਆ ਸੰਗਤਾਂ ਦੇ, ਉਹ ਵੀ ਬਹੁਤ ਨਿੰਦਣਯੋਗ ਆ। ਇਹਨਾਂ ਨੇ ਗੁਰੂ ਨਾਨਕ ਦੇ ਘਰ ਨੂੰ ਖਰਾਦ ਪ੍ਰਵਾਨ ਕਰ ਲਈ ਆ, ਇਹਨਾਂ ਨੇ ਇਤਿਹਾਸ ਬਦਲ ਦਿੱਤਾ, ਜਿਹਦੀ ਅਸੀਂ ਸਖ਼ਤ ਸ਼ਬਦਾਂ ਚ ਨਿਖੇਧੀ ਕਰਦੇ, ਜਦੋਂ ਕਿ ਇਹਨਾਂ ਨੇ ਬਿਆਨਬਾਜ਼ੀ ਕੀਤੀ ਸੀ ਕਿ ਅਸੀਂ GST ਮੁਕਤ ਕਰਾਵਾਂਗੇ, ਨਹੀਂ ਤਾਂ ਕੈਬਨਿਟ ਮੰਤਰੀ ਤੋਂ ਅਸਤੀਫ਼ਾ ਦੇਵਾਂਗੇ ਤੇ ਤੋੜ ਵਿਛੋੜਾ ਕਰਾਂਗੇ, ਜਦੋਂ ਕਿ ਸਾਰਾ ਕੁਝ ਉਸੇ ਤਰ੍ਹਾਂ ਸੱਤਾ ਚ ਬਣੇ ਹੋਏ ਆ, ਸਰਕਾਰ ਚ ਬਣੇ ਹੋਏ ਆ, ਗੱਠਜੋੜ ਵੀ ਉਸੇ ਤਰ੍ਹਾਂ, ਪਰ ਜਿਹੜਾ GST ਹੈ ਉਹ ਨੀ ਗੁਰੂ ਕੇ ਲੰਗਰ ਤੋਂ ਲਿੱਠਾ, ਉਲਟਾ ਗੁਰੂ ਕੇ ਲੰਗਰ ਨੂੰ ਸੇਵਾ ਭੋਜ ਯੋਜਨਾ ਬਣਾ ਦਿੱਤਾ ਇਹਨਾਂ ਨੇ। ਇਹ ਬਾਬਾ ਜੀ ਜਿਹੜਾ ਆਪਣੇ ਕੈਪਟਨ ਅਮਰਿੰਦਰ ਸਿੰਘ ਤਾਂ ਉਹ ਆਪ ਸ਼ਾਬਾਸ਼ੀ ਲੈ ਰਿਹਾ, ਕਹਿੰਦਾ ਸਭ ਤੋਂ ਪਹਿਲਾਂ ਅਸੀਂ ਕੀਤਾ ਸੀ ਤੇ ਤਾਂ ਕਰਕੇ ਨਰਿੰਦਰ ਮੋਦੀ ਨੂੰ ਕਰਨਾ ਪਿਆ ਵੇ, ਉਹ ਹਰਸਿਮਰਤ ਦੀ ਤੇ ਜਾਂ ਸੁਖਬੀਰ ਬਾਦਲ ਦੀ ਤੇ ਗੱਲ ਹੀ ਨੀ ਕਰਦਾ, ਉਹ ਕਹਿੰਦਾ ਮੈਂ ਕਰਾਇਆ ਸਾਰਾ ਕੁਛ। ਇਹਦੇ ਵਿੱਚ ਜਿਹੜੀ ਗੱਲ ਆ, ਦੇਖੋ ਇਹ ਤਾਂ ਅੱਜ ਵੀ ਪੱਤਰਕਾਰ ਉੱਥੇ ਦੱਸ ਰਹੇ ਸੀ, ਕੁਝ ਲੋਕ ਵੀ ਆਏ ਉਹ ਦੱਸ ਰਹੇ ਸੀ ਕਿ ਕੈਪਟਨ ਅਮਰਿੰਦਰ ਨੇ ਤਾਂ ਵਾਪਸ ਲੈ ਲੈਣਾ, ਤੇ ਉਹਨੇ ਤਾਂ ਕਿਹਾ ਹੀ ਨੀ ਕਿ ਅਸੀਂ ਜਿਹੜਾ ਹੈਗਾ GST ਲਾਉਣਾ ਲੰਗਰ ਦੇ ਉੱਤੋਂ। ਪੰਜਾਬ ਸਰਕਾਰ ਨੇ ਕਿਹਾ ਸੀ GST ਲਾਂਗੇ ਹੀ ਨਹੀਂ। ਠੀਕ ਹੈ, ਗੁਰੂ ਕੇ ਲੰਗਰ ਦੇ ਉੱਤੋਂ ਉਹਨੇ ਇਹ ਨੀ ਹੈ ਕਿ ਤੁਸੀਂ ਰਸੀਦਾਂ ਲਿਆਓ ਸਾਡੇ ਕੋਲ ਤੇ ਅਸੀਂ ਰਿਫੰਡ ਕਰਾਂਗੇ, ਉਹਨੇ ਤਾਂ ਸਿੱਧੇ ਤੌਰ ਤੇ ਇਸ ਗੱਲੋਂ ਤਾਂ ਸ਼ਲਾਘਾ ਕਰਨੀ ਬਣਦੀ ਹੈ ਕੈਪਟਨ ਅਮਰਿੰਦਰ ਸਿੰਘ ਨੇ ਗੁਰੂ ਕੇ ਲੰਗਰ ਤੋਂ GST ਜਿਹੜੀ ਆ ਉਹ ਲਾਈ ਨੀ, ਉਹਨੇ ਕਿਹਾ ਅਸੀਂ ਤਾਂ ਲੈਣੀ ਨੀ ਆ, ਤੇ ਨਰਿੰਦਰ ਮੋਦੀ ਜਿਹੜਾ ਉਹ ਕਹਿੰਦਾ ਤੁਸੀਂ ਲੱਗੂਗੀ ਉਸੇ ਤਰ੍ਹਾਂ, ਪਰ ਤੁਸੀਂ ਜਿਹੜੀਆਂ ਰਸੀਦਾਂ ਸਾਨੂੰ ਦਹੋ ਕਿ ਸਾਡੀ 1 ਕਰੋੜ ਦੀ ਲੱਗੀ ਹੈ, 2 ਕਰੋੜ ਦੀ ਲੱਗੀ ਹੈ, ਤੇ ਮੈਂ ਉਹ ਰਿਫੰਡ ਕਰਿਆ ਕਰੂੰਗਾ, ਮਤਲਬ ਗੁਰੂ ਕੇ ਘਰ ਨੂੰ ਖਰਾਦ ਦਿਆ ਕਰੂੰਗਾ ਕਹਿੰਦਾ ਮੈਂ। ਇਹ ਜਿਹੜਾ ਨਿੰਦਣਯੋਗ ਗੱਲ ਆ, ਇਹ ਸਭ ਤੋਂ ਵੱਡੇ ਇਹ ਇਤਿਹਾਸ ਦੇ ਵਿੱਚ ਮੈਂ ਸਮਝਦਾ ਕਿ ਇੱਕ ਕਾਲਾ ਅਧਿਆਇ ਜਿਹੜਾ ਇਹ ਜੋੜਿਆ ਗਿਆ ਇਹਨਾਂ ਦੇ ਵੱਲੋਂ ਸਾਰਿਆਂ ਵੱਲੋਂ ਰਲ ਮਿਲ ਕੇ। ਜਗਦੀਪ ਸਿੰਘ ਪੰਨੂ ਦਾ ਇੱਕ ਸਵਾਲ ਆ ਜੀ, ਕਿ ਜਿਹੜਾ ਇਹ ਜਿੱਦਾਂ ਅੱਗੇ ਮਤਲਬ ਦੋ ਸਿੰਘ ਉੱਥੇ ਸ਼ਹੀਦ ਹੋ ਗਏ ਸੀਗੇ ਜਦੋਂ ਮਤਲਬ ਮੋਰਚਾ ਲੱਗਾ ਸੀ, ਵੀ ਹੁਣ ਦੁਬਾਰਾ ਉੱਥੇ ਇਹ ਸਰਕਾਰ ਜਿਹੜੀ ਕਾਂਗਰਸ ਦੀ ਸਰਕਾਰ ਆ, ਤੁਹਾਡਾ ਜਾਂ ਸਿੱਖਾਂ ਦਾ ਕੋਈ ਨੁਕਸਾਨ ਕਰਨ ਬਾਰੇ ਤਾਂ ਨਹੀਂ ਸੋਚ ਰਹੀ ਜਾਂ ਹੋਵੇਗਾ ਤਾਂ ਨਹੀਂ? ਵੇਖੋ ਸਰਕਾਰਾਂ ਕੀ ਕਰਦੀਆਂ ਤਾਂ ਸਮਾਂ ਦੱਸੂਗਾ, ਪਰ ਸਾਡਾ ਜਿਹੜਾ ਹੈਗਾ ਇਹ ਪੁਰਅਮਨ ਤਰੀਕੇ ਨਾਲ ਬੜਾ ਸ਼ਾਂਤਮਈ ਤਰੀਕੇ ਦਾ ਸੰਘਰਸ਼ ਜਿਹੜਾ ਮੋਰਚਾ ਚੱਲ ਰਿਹਾ, ਕਿਉਂਕਿ ਪਹਿਲਾਂ ਉਹਨਾਂ ਨੇ ਸ਼ਹੀਦ ਕੀਤੇ ਸੀ ਜਦੋਂ ਰੋਡ ਬਲੋਕ ਸੀਗੀਆਂ ਜਾਂ ਕੋਟਕਪੂਰਾ ਚੌਂਕ ਬਲੋਕ ਸੀਗਾ, ਹਾਂਜੀ, ਤੇ ਹੁਣ ਜਿਹੜਾ ਹੈਗਾ ਇਹ ਤਾਂ ਅਸੀਂ ਤਾਂ ਸਾਈਡ ਤੇ ਬੈਠੇ ਹੋਏ ਹਾਂ, ਬੜਾ ਪੀਸਫੁਲ ਸ਼ਾਂਤਮਈ, ਕਿਸੇ ਨੂੰ ਕੋਈ ਉਰੇ ਨੀ, ਕਿਸੇ ਨੂੰ ਰੋੜਾ ਨੀ ਮਾਰਨਾ, ਕਿਸੇ ਨੂੰ ਰਾਹੀ ਪਾਂਧੀ ਨੂੰ ਕੋਈ ਰੁਕਾਵਟ ਨਹੀਂ ਆ। ਪਰ ਤੁਸੀਂ ਇੱਕ ਮਿੰਟ ਰੁਕਿਓ ਬਾਬਾ ਜੀ, ਇੱਕ ਮਿੰਟ ਰੁਕੇ, ਤੁਸੀਂ ਪਹਿਲਾਂ ਹੀ ਐਲਾਨ ਕੀਤਾ ਸੀ ਵੀ ਜਿਹੜਾ ਇਹ ਮੋਰਚਾ ਆ ਇਹ ਐਤਕੀ ਜਿਹੜੀ ਸਾਡੀ ਲੜਾਈ ਆ ਆਰ ਪਾਰ ਦੀ ਹੋਵੇਗੀ। ਹਾਂਜੀ ਹਾਂਜੀ, ਤੇ ਫਿਰ ਇੱਕ ਕਿਸਮ ਦੀ ਸਰਕਾਰ ਨੂੰ ਸਿੱਧਾ ਚੈਲੰਜ ਆ, ਤੇ ਸਰਕਾਰ ਤੁਹਾਡੇ ਤੇ ਕੋਈ ਮਤਲਬ ਜਾਂ ਮੋਰਚੇ ਨੂੰ ਖਦੇੜਨੇ ਕੋਈ ਵੀ ਐਕਸ਼ਨ ਵੀ ਲੈ ਸਕਦੀ ਹੈ?
ਨਹੀਂ ਕੁਛ ਵੀ ਕਰ ਸਕਦੇ ਦੇਖੋ ਸਰਕਾਰ ਤੋਂ ਨਾਲੇ ਕਾਂਗਰਸ ਦੀ ਸਰਕਾਰ ਤੋਂ ਤਾਂ ਕੋਈ ਮੈਂ ਸਮਝਦੇ ਉਹ ਜੀ ਭਲੇ ਦੀ ਆਸ ਰੱਖਣੀ ਨੀ ਚਾਹੀਦੀ ਜਿਨ੍ਹਾਂ ਨੇ 84 ਦਾ ਕਤਲੇਆਮ ਕੀਤਾ ਤੋਪਾਂ ਟੈਂਕਾਂ ਦੇ ਨਾਲ ਸਾਡਾ ਅਕਾਲ ਤਖ਼ਤ ਸਾਹਿਬ ਢਾਇਆ ਕਿੰਨੇ ਗੁਰਦੁਆਰਿਆਂ ਦਾ ਨੁਕਸਾਨ ਕੀਤਾ ਸੈਂਕੜੇ ਨਹੀਂ ਹਜ਼ਾਰਾਂ ਨੇ ਲੱਖਾਂ ਸਿੰਘ ਸ਼ਹੀਦ ਸਾਡੇ ਕੀਤੇ ਆ ਆਸ ਤਾਂ ਰੱਖਣੀ ਨੀ ਚਾਹੀਦੀ ਠੀਕ ਕੋਈ ਚੰਗਾ ਕੰਮ ਕਰਨ ਦਾ ਅਸੀਂ ਸ਼ਲਾਘਾ ਕਰਦੇ ਪਰ ਜੋ ਉਹਨਾਂ ਮਾੜੇ ਕੀਤੇ ਉਹਨਾਂ ਨੂੰ ਵੇਖ ਕੇ ਸਾਨੂੰ ਕੋਈ ਇਸ ਗੱਲ ਭਲੇ ਦੀ ਆਸ ਨਹੀਂ ਆ ਅਸੀਂ ਤਾਂ ਉਹਨਾਂ ਦੇ ਕੀਤੇ ਵਾਅਦੇ ਉਹਨਾਂ ਨੂੰ ਚੇਤੇ ਕਰਾਉਣ ਵਾਸਤੇ ਸੰਘਰਸ਼ ਵਿੱਚ ਬਾਕੀ ਜੇ ਸ਼ਾਂਤਮਈ ਸਾਨੂੰ ਇਸ ਤਰ੍ਹਾਂ ਸੰਘਰਸ਼ ਕਰਦਿਆਂ ਨੂੰ ਜੇਕਰ ਸਰਕਾਰ ਤਸ਼ੱਦਦ ਕਰਦੀ ਆ ਜਾਂ ਕੋਈ ਇਸ ਤਰ੍ਹਾਂ ਦੀ ਦਮਨਕਾਰੀ ਨੀਤੀ ਮਨਾਉਂਦੀ ਆ ਤੇ ਕੋਈ ਨੀ ਫਿਰ ਇੱਥੇ ਬਾਦਲਾਂ ਦਾ ਘੋਗ ਪਿਆ ਕਿ ਉਹਨਾਂ ਨੂੰ ਕਿੱਥੇ ਰਾਜ ਭਾਗ ਤੋਂ ਵਿਰੋਧੀ ਧਿਰ ਚ ਵੀ ਨੀ ਬਹਿ ਸਕੇ ਤੇ ਕੈਪਟਨ ਵੀ ਆਪਦਾ ਹਸਰ ਦੇਖ ਲਊਗਾ ਫਿਰ ਜੇਕਰ ਉਹ ਇਸ ਤਰ੍ਹਾਂ ਦੀ ਦਮਨਕਾਰੀ ਨੀਤੀ ਬਣਾਊਗਾ ਤਾਂ ਗੁਰੂ ਕਾ ਪੰਥ ਗੁਰੂ ਦੀਆਂ ਸੰਗਤਾਂ ਪੰਥ ਤੇ ਪੰਜਾਬ ਕਿਸੇ ਨੂੰ ਮੁਆਫ਼ ਨੀ ਕਰਦਾ ਕੋਈ ਹੋਵੇ ਚਾਹੇ ਕੋਈ ਸਰਕਾਰ ਹੋਵੇ ਤੇ ਚਾਹੇ ਕੋਈ ਸੰਘਰਸ਼ ਦੇ ਨਾਂ ਤੇ ਪਖੰਡ ਕਰੇ ਜਾਂ ਸੰਘਰਸ਼ ਦੀਆਂ ਗੱਲਾਂ ਕਰਕੇ ਬਾਅਦ ਚ ਪਿੱਛੇ ਹਟ ਜਾਵੇ ਨਾ ਤਾਂ ਉਹਨੂੰ ਪੰਥ ਦੇ ਪੰਜਾਬ ਨੇ ਮਾਫ਼ ਕੀਤਾ ਨਾ ਸਰਕਾਰਾਂ ਨੂੰ ਮਾਫ਼ ਕਰਨਾ ਪਰ ਸਾਡੀ ਜਿਹੜੀ ਅਪੀਲ ਆ ਕਿ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਸੰਘਰਸ਼ ਕਰ ਰਹੇ ਹਾਂ ਤੇ ਸਿੰਘ ਸਾਹਿਬ ਨੇ ਵੀ ਕਿਹਾ ਵੀ ਮੈਂ ਬੈਠਣਾ ਉਹਨਾਂ ਨੇ ਕਿਸੇ ਨੂੰ ਨੀ ਕਿਹਾ ਵੀ ਮੇਰੇ ਕੋਲੇ ਬੈਠੋ ਉਹਨਾਂ ਨੇ ਉਦਣ ਵੀ ਸਾਰੀ ਸੰਗਤ ਨੂੰ ਕਿਹਾ ਭਾਈ ਘਰਾਂ ਨੂੰ ਜਾਓ ਜਿੰਨੇ ਆਗੂ ਸੀ ਘਰਾਂ ਨੂੰ ਜਾਓ ਪਰ ਫਿਰ ਵੀ ਉਹਨਾਂ ਦੇ ਸਤਿਕਾਰ ਲਈ ਸੰਗਤਾਂ ਔਰ ਜਿਹੜੀਆਂ ਸਮਰਥਨ ਲਈ ਜਥੇਬੰਦੀਆਂ ਆ ਰਹੀਆਂ ਨੇ ਉਹਨਾਂ ਨੇ ਕਿਸੇ ਨੂੰ ਨੀ ਕਿਹਾ ਆਪ ਮੁਹਾਰੇ ਸੰਗਤਾਂ ਜਿਹੜੀਆਂ ਉੱਥੇ ਪਹੁੰਚ ਰਹੀਆਂ ਪਰ ਫਿਰ ਵੀ ਅਸੀਂ ਕਹਿਣਾ ਚਾਹੁੰਦੇ ਕਿ ਸਭ ਤੋਂ ਪਹਿਲਾਂ ਜਿਵੇਂ ਜਥੇਦਾਰ ਸਾਹਿਬ ਨੇ ਕਿਹਾ ਕਿ ਕੁਰਬਾਨੀ ਕਰਨ ਵਾਲਿਆਂ ਦੀ ਕਮੀ ਨੀ ਹੈ ਪਰ ਸਭ ਤੋਂ ਪਹਿਲਾਂ ਕੁਰਬਾਨੀ ਮੈਂ ਦਿਆਂਗਾ ਮੈਂ ਬੈਠਾ ਮੈਂ ਆਪਣੀ ਕੁਰਬਾਨੀ ਦੇਣ ਵਾਸਤੇ ਵੀ ਜੇ ਸਰਕਾਰ ਨਹੀਂ ਇਸ ਪਾਸੇ ਧਿਆਨ ਦਊਗੀ ਤੇ ਮੈਂ ਅਗਲਾ ਕੁਰਬਾਨੀ ਵਾਲਾ ਸਟੈਪ ਵੀ ਚੱਕ ਲਾਂਗਾ ਉਹਨਾਂ ਦਾ ਬਿਆਨ ਹੈ ਆਰ ਪਾਰ ਦਾ ਮਤਲਬ ਆ ਕਿ ਪਹਿਲਾਂ 14 ਮਹੀਨਿਆਂ ਦਾ ਸਮਾਂ ਦਿੱਤਾ ਸਰਕਾਰ ਨੂੰ ਸੋਚਣ ਵਾਸਤੇ ਨਹੀਂ ਸਰਕਾਰ ਨੇ ਇਸ ਪਾਸੇ ਧਿਆਨ ਦਿੱਤਾ ਨਹੀਂ ਕੋਈ ਸਟੈਪ ਚੱਕਿਆ ਹੁਣ ਉਹਨਾਂ ਨੂੰ ਸ਼ਾਂਤਮਈ ਪ੍ਰੋਟੈਸਟ ਕਰਕੇ ਧਿਆਨ ਦਵਾ ਰਹੇ ਜੇ ਫੇਰ ਵੀ ਨੀ ਚੱਕੂ ਤਾਂ ਫਿਰ ਉਹਨਾਂ ਨੇ ਕਿਹਾ ਵੀ ਮੈਂ ਕੁਰਬਾਨੀ ਵਾਲਾ ਰਸਤਾ ਸੰਘਰਸ਼ ਦੀ ਰੂਪ ਰੇਖਾ ਅੱਗੇ ਕੀ ਹੋਊਗੀ ਇਹ ਸਮੇਂ ਦੇ ਨਾਲ ਜਿਹੜੀ ਆ ਤੈਅ ਕੀਤੀ ਜਾਊਗੀ ਪਰ ਇਹਦੇ ਵਿੱਚ ਉਹਨਾਂ ਨੇ ਕਿਹਾ ਵੀ ਸੰਗਤਾਂ ਨੂੰ ਨਹੀਂ ਮੈਂ ਕਿਸੇ ਨੂੰ ਨੀ ਕਹਿੰਦਾ ਜਾ ਕੇ ਵੀ ਤੁਸੀਂ ਸਿਰ ਵੜ ਜਿਹੜਾ ਹੈਗਾ ਉਹ ਕਿਸੇ ਦਾ ਸਿਰ ਵੱਢ ਦੋ ਜਾਂ ਕਿਸੇ ਦਾ ਨੁਕਸਾਨ ਕਰੋ ਉਹ ਕਹਿੰਦੇ ਵੀ ਮੈਂ ਖੁਦ ਆਪਣੇ ਆਪ ਨੂੰ ਕੁਰਬਾਨੀ ਲਈ ਪੇਸ਼ ਕੀਤਾ ਵੀ ਜੇ ਕੌਮ ਨੇ ਮੈਨੂੰ ਇਹੋ ਜਿਹੀ ਸੇਵਾ ਬਖਸ਼ੀ ਆ ਤੇ ਕੌਮ ਮੇਰੇ ਤੋਂ ਐਕਸੈਪਟ ਕਰਦੀ ਆ ਕਿ ਮੈਂ ਕੁਛ ਕਰਾਂ ਤੇ ਇਹ ਸੰਬੰਧ ਦੇ ਵਿੱਚ ਇਹ ਜਿਹੜਾ ਹੈਗਾ ਸੰਗਤਾਂ ਵੀ ਸਾਡੇ ਤੋਂ 3 ਸਾਲ ਦੀ ਕਾਰਗੁਜ਼ਾਰੀ ਜਿਹੜੀ ਹੈ 3 ਸਾਲ ਹੋ ਗਏ ਸਰਬੱਤ ਖਾਲਸਾ ਦੇ ਸਾਬੇ ਜਥੇਦਾਰਾਂ 3 ਸਾਲ ਦੇ ਕਰੀਬ ਹੋਣ ਜਾ ਰਹੇ ਆ ਤੇ ਸੰਗਤਾਂ ਵੀ ਪੁੱਛਦੀਆਂ ਨੇ ਜਿਵੇਂ ਸਰਕਾਰ ਨੂੰ 14 ਮਹੀਨਿਆਂ ਦੀ ਕਾਰਗੁਜ਼ਾਰੀ ਆਪਾਂ ਪੁੱਛਦੇ ਹਾਂ ਵੀ ਸਰਕਾਰ ਦੱਸੇ ਸੰਗਤਾਂ ਵੀ ਕਹਿੰਦੀਆਂ ਵੀ ਸਰਬੱਤ ਖਾਲਸਾ ਜਥੇਦਾਰਾਂ ਨੇ ਬਰਗਾੜੀ ਜਗਦੀ ਬਿਲਕੁਲ ਕਾਂਡ ਤੇ ਜਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਕੀ ਕੀਤਾ ਹੁਣ ਤੱਕ ਦੀ ਕਾਰਗੁਜ਼ਾਰੀ ਇਸ ਵਾਸਤੇ ਜਿਹੜਾ ਸੰਘਰਸ਼ ਆ ਵੀ ਸੰਗਤਾਂ ਦੇ ਆਸ਼ੀਰਵਾਦ ਨਾਲ ਗੁਰੂ ਦੀ ਕਿਰਪਾ ਦੇ ਨਾਲ ਅਸੀਂ ਪਹਿਲਾਂ ਵੀ ਪਛਾਣ ਨਹੀਂ ਹਟੇ ਤੇ ਹੁਣ ਵੀ ਪਛਾਣ ਨਹੀਂ ਹਟਦੇ ਭਾਵੇਂ ਪਹਿਲਾਂ ਅਕਾਲੀ ਭਾਜਪਾ ਸਰਕਾਰ ਸੀ ਹੁਣ ਕਾਂਗਰਸ ਸਰਕਾਰ ਆ ਸਾਨੂੰ ਕੋਈ ਫਰਕ ਨਹੀਂ ਆ ਅਸੀਂ ਜਿਹੜਾ ਸੱਚ ਦੀ ਆਵਾਜ਼ ਨੂੰ ਬੁਲੰਦ ਕਰਦੇ ਹਾਂ ਵਿਦਆਊਟ ਵਾਇਲੈਂਸ ਸਾਡਾ ਜਿਹੜਾ ਹੈਗਾ ਉਹ ਸੰਘਰਸ਼ ਆ ਬੜਾ ਪੁਰਅਮਨ ਸ਼ਾਂਤਮਈ ਤਰੀਕੇ ਦੇ ਨਾਲ ਤੇ ਅਸੀਂ ਜਿਹੜਾ ਹੈਗਾ ਚਾਹੁੰਦੇ ਹਾਂ ਕਿ ਜੋ ਕਾਨੂੰਨ ਮੰਗਾਂ ਨੇ ਸਾਡੀ ਕੋਈ ਵੀ ਐਸੀ ਮੰਗ ਨਹੀਂ ਆ ਜਿਹੜੀ ਕਾਨੂੰਨ ਤੋਂ ਬਾਹਰੀ ਆ ਬੇਅਦਬੀ ਹੋਈ ਆ ਗੁਰੂ ਸਾਹਿਬ ਦੀ ਦੋਸ਼ੀਆਂ ਨੂੰ ਫੜੋ ਬਿਲਕੁਲ ਗੋਲੀਆਂ ਮਾਰੀਆਂ ਕਿੰਨਾਂ ਨੇ ਸਿੰਘਾਂ ਨੇ ਸ਼ਹੀਦ ਕੀਤਾ ਕਿੰਨਾਂ ਨੇ ਮਾਰੀਆਂ ਨੇ ਉਹਨਾਂ ਨੂੰ ਫੜੋ ਜਿਹੜੇ ਬੰਦੀ ਸਿੰਘ ਭਾਰਤ ਦੀ ਉਮਰ ਕੈਦ 14 ਸਾਲ ਚ ਪੂਰੀ ਹੁੰਦੀ ਸਾਡੇ ਸਿੱਖ 25-25-30 ਸਾਲ ਪੂਰੀਆਂ ਕਰ ਗਏ ਆ ਉਹਨਾਂ ਨੂੰ ਰਿਹਾ ਕਰੋ ਜਿਹਨਾਂ ਦੀ ਪਰੋਲ ਬਣਦੀ ਆ ਪਰੋਲ ਛਿੱਕਦੇ ਹੋ ਤੇ ਜਿਹੜੇ ਜੇਲ੍ਹਾਂ ਸਿਫਤ ਕਰਨ ਵਾਲੇ ਜਥੇਦਾਰ ਜਗਤਾਰ ਸਿੰਘ ਹਵਾਰਾ ਤੇ ਦਿੱਲੀ ਦਾ ਕੋਈ ਕੇਸ ਨਹੀਂ ਆ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲਿਖ ਦਿੱਤਾ ਪੰਜਾਬ ਨੂੰ ਕਿ ਇੱਥੇ ਗੈਰ ਕਾਨੂੰਨੀ ਤੌਰ ਤੇ ਇਹਨੂੰ ਰੱਖਿਆ ਗਿਆ ਤੁਸੀਂ ਪੰਜਾਬ ਵਾਲੇ ਇਹਨਾਂ ਨੂੰ ਪੰਜਾਬ ਚ ਲਓ ਔਰ ਪੰਜਾਬ ਸਰਕਾਰ ਦਾ ਫਰਜ਼ ਬਣਦਾ ਵੀ ਐਕਸੈਪਟ ਕਰੇ ਚਾਹੇ ਉਹ ਨਾਭੇ ਪਟਿਆਲੇ ਕਿਸੇ ਜੇਲ੍ਹ ਚ ਉਹਨਾਂ ਨੂੰ ਰੱਖਣਾ ਕਿਉਂਕਿ ਪੰਜਾਬ ਦੇ ਕੁਛ ਕੇਸ ਅਜੇ ਉਹਨਾਂ ਤੇ ਬਾਕੀ ਆ ਭਾਈ ਦਇਆ ਸਿੰਘ ਲਾਹੌਰੀਆ ਤਿਹਾੜ ਬੰਦ ਨੇ ਉਹਨਾਂ ਦੇ ਕੋਈ ਕੇਸ ਨੀ ਉਹਨਾਂ ਨੂੰ ਸਜ਼ਾ ਹੋ ਚੁੱਕੀ ਆਪਣੀ ਸਜ਼ਾ ਆ ਕੇ ਆਪਣੀ ਸਟੇਟ ਵਿੱਚ ਇਹ ਕਾਨੂੰਨ ਹੈ ਕਿ ਜਦੋਂ ਕਿਸੇ ਨੂੰ ਸਜ਼ਾ ਹੋ ਜਾਂਦੀ ਬਾਹਰਲੀ ਸਟੇਟ ਦਾ ਕੇਸ ਨਾ ਹੋਵੇ ਤਾਂ ਉਹ ਆਪਣੀ ਮਾਂ ਸਟੇਟ ਦੇ ਵਿੱਚ ਆਪਣੀ ਸਜ਼ਾ ਪੂਰੀ ਕਰੇ ਭਾਈ ਹਰਨੇਕ ਸਿੰਘ ਭੱਪ ਜੈਪੁਰ ਦੀ ਜੇਲ੍ਹ ਚ ਬੰਦ ਆ ਉਹਨਾਂ ਤੇ ਉਹਨਾਂ ਨੂੰ ਸਜ਼ਾ ਹੋ ਚੁੱਕੀ ਆ ਉੱਥੇ ਉਹਨਾਂ ਤੇ ਹੋਰ ਕੋਈ ਕੇਸ ਨੀ ਆ ਆਪਣੀ ਸਜ਼ਾ ਇੱਥੇ ਆ ਕੇ ਪੂਰੀ ਕਰ ਲੈਣ ਬਹੁਤ ਸਾਰੇ ਸਿੱਖ ਆ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਸਜ਼ਾਵਾਂ ਤੋਂ ਵੱਧ ਸਮੇਂ ਜਿਨ੍ਹਾਂ ਨੇ ਦੋਨੋਂ ਉਮਰ ਕੈਦਾਂ ਕੱਟ ਲਈਆਂ ਉਹਨਾਂ ਦੀ ਰਿਹਾਈ ਬਣਦੀ ਆ ਠੀਕ ਹੈ ਸਰਕਾਰ ਉਹਨਾਂ ਦੀ ਰਿਹਾਈ ਕਰੇ ਇਹ ਜਿਹੜੀਆਂ ਕਾਨੂੰਨਨ ਮੰਗਾਂ ਨੇ ਸਾਡੀਆਂ ਕੋਈ ਗੈਰ ਕਾਨੂੰਨੀ ਮੰਗ ਨਹੀਂ ਹੈ ਇਸ ਕਰਕੇ ਸਰਕਾਰਾਂ ਕੱਲ ਵੀ ਜਦੋਂ
ਕੈਬਨਿਟ ਮੰਤਰੀ ਤ੍ਰਿੰਦਰ ਜਿੰਦਰ ਸਿੰਘ ਬਾਜਵਾ ਆਏ ਆ, ਉਹਨਾਂ ਸਾਡੇ ਨਾਲ ਵੀ ਗੱਲਬਾਤ ਕੀਤੀ ਔਰ ਮੀਡੀਆ ਨੂੰ ਵੀ ਕਿਹਾ ਕਿ ਇਹਨਾਂ ਦੀ ਕੋਈ ਮੰਗ ਨਜਾਇਜ਼ ਨਹੀਂ ਹੈ, ਠੀਕ ਹੈ, ਸਾਰੀਆਂ ਮੰਗਾਂ ਜਾਇਜ਼ ਆ, ਸਾਡੇ ਤੋਂ ਕੋਈ ਕਮੀ ਰਹੀ ਆ, ਸਾਡੀ ਗਲਤੀ ਆ, ਇਸ ਗੱਲ ਦੀ ਅਸੀਂ ਮਾਫ਼ੀ ਮੰਗਦੇ ਤੇ ਅਸੀਂ ਇੱਥੇ ਤੁਰੰਤ ਜਿਹੜਾ ਹੈਗਾ ਅਸੀਂ ਕੰਮ ਕਰਾਂਗੇ। ਹੁਣ ਉਹ ਕੀ ਕਰਦੇ ਆ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ। ਸਿੰਘ ਸਾਹਿਬ ਜੀ, ਜਿੱਦਾਂ ਤੁਸੀਂ ਯਾਦ ਕਰਾਇਆ ਜਥੇਦਾਰ ਹਵਾਲਾ ਮਤਲਬ ਦਿੱਲੀ ਦੀ ਜੇਲ੍ਹ ਦੇ ਵਿੱਚ ਆ, ਉਹਨਾਂ ਦਾ ਮਤਲਬ ਮੋਰਚਾ ਤੇ ਤੁਸੀਂ ਲਾਤਾ, ਐਕਟਿੰਗ ਜਥੇਦਾਰ ਨੇ ਲਾਤਾ, ਉਹਨਾਂ ਦਾ ਕੋਈ ਵਿਚਾਰ ਜਾਂ ਉਹਨਾਂ ਨਾਲ ਸਲਾਹ ਮਸ਼ਵਰਾ ਹੋਇਆ ਜਾਂ ਉਹਨਾਂ ਦਾ ਇਸ ਮੋਰਚੇ ਦੇ ਬਾਰੇ ਕੀ ਵਿਚਾਰ ਆ? ਦੇਖੋ, ਪਹਿਲੀ ਗੱਲ ਤਾਂ ਇਹ ਆ ਕਿ ਜਦੋਂ ਕੋਈ ਜਥੇਦਾਰ ਜੇਲ੍ਹ ਵਿੱਚ ਹੋਵੇ ਨਾ ਤੇ ਐਕਟਿੰਗ ਜਥੇਦਾਰ ਲਾਇਆ ਜਾਂਦਾ ਤੇ ਉਹਦੇ ਕੋਲ ਫੁੱਲ ਫਲੈਜਰ ਜ਼ਿੰਮੇਵਾਰੀ ਹੁੰਦੀ ਹੈ ਐਕਟਿੰਗ ਜਥੇਦਾਰ ਦੇ ਕੋਲ, ਹੈ ਨਾ। ਠੀਕ। ਜਦੋਂ ਜਦੋਂ ਸਿੰਘ ਸਾਹਿਬ ਰੋਡੇ ਜੇਲ੍ਹ ਵਿੱਚ ਸੀਗੇ, ਭਾਈ ਰਜੀਰ ਸਿੰਘ ਤੇ ਭਾਈ ਗੁਰਦੇਵ ਸਿੰਘ ਕਿਉਂਕਿ ਕੋਈ ਪੁੱਛ ਕੇ ਥੋੜੀ ਪ੍ਰੋਗਰਾਮ ਦਿੰਦੇ ਸੀਗੇ ਬਾਹਰ, ਠੀਕ ਹੈ, ਉਹਨਾਂ ਦਾ ਸਤਿਕਾਰ ਉਹਨਾਂ ਨਾਲ ਉਹਨਾਂ ਦਾ ਉਹਨਾਂ ਨਾਲ ਸੀਗਾ। ਜਦੋਂ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੇਲ੍ਹ ਵਿੱਚ ਸੀਗੇ ਤਾਂ ਭਾਈ ਪ੍ਰੋਫੈਸਰ ਮਨਜੀਤ ਸਿੰਘ ਕੋਈ ਉਹਨਾਂ ਕੋਲ ਪੁੱਛ ਕੇ ਆ ਕੇ ਪ੍ਰੋਗਰਾਮ ਥੋੜੀ ਦਿੰਦੇ ਸੀਗੇ। ਠੀਕ ਹੈ। ਉਹ ਐਕਟਿੰਗ ਜਥੇਦਾਰ ਸੀਗੇ, ਫੁੱਲ ਫਲੈਜਰ ਜਥੇਦਾਰ, ਜਥੇਦਾਰ ਜਗਤਾਰ ਸਿੰਘ ਹਵਾਰਾ ਦਾ ਸਤਿਕਾਰ ਆਪਣੀ ਜਗ੍ਹਾ ਵਾ, ਮਾਨ ਸਨਮਾਨ, ਠੀਕ ਹੈ। ਉਹ ਉਹ ਤੇ ਜਿਹੜੇ ਭਾਈ ਧਿਆਨ ਸਿੰਘ ਅਗਰਵਾਲ ਖਾਲਸਾ ਨੇ ਲਾਏ ਆ, ਉਹ ਉਹਨਾਂ ਦੀ ਗੈਰ ਹਾਜ਼ਰੀ ਦੀ ਪੂਰੀ ਜ਼ਿੰਮੇਵਾਰੀ ਆ ਉਹਨਾਂ ਦੀ। ਉਹ ਜਿਸ ਤਰੀਕੇ ਨਾਲ ਸੋਚਦੇ ਆ, ਉਹਨਾਂ ਨੇ ਸਾਰੇ ਜਿਹੜਾ ਹੈਗਾ ਜੋ ਪ੍ਰੋਗਰਾਮ ਆਰੰਭੇ ਆ, ਜੋ ਕਰ ਰਹੇ ਆ, ਜੋ ਇਨਸਾਫ਼ ਮੋਰਚਾ ਆਰੰਭਿਆ, ਉਹਨਾਂ ਦੀ ਜ਼ਿੰਮੇਵਾਰੀ ਆ, ਉਹ ਹੱਕ ਰੱਖਦੇ ਇਸ ਚੀਜ਼ ਦਾ। ਉਹਨਾਂ ਨੇ ਉਹਨਾਂ ਦੀਆਂ ਮੁਲਾਕਾਤਾਂ ਵੀ ਹੁੰਦੀਆਂ ਰਹੀਆਂ ਨੇ, ਹੋ ਸਕਦਾ ਉਹਨਾਂ ਦੀ ਕੋਈ ਵਿਚਾਰ ਉਹਨਾਂ ਨਾਲ ਹੋਈ ਹੋਵੇ, ਇਹ ਤਾਂ ਭਾਈ ਧਿਆਨ ਸਿੰਘ ਦੱਸ ਸਕਦੇ ਆ, ਹਾਲੇ ਤਾਈ ਉਹਨਾਂ ਦਾ ਕੋਈ ਬਿਆਨ ਜਾਂ ਉਹਨਾਂ ਨੇ ਕੋਈ ਵਿਚਾਰ ਜਾਂ ਉਹਨਾਂ ਨੇ ਆਪਣੇ ਅਲਚੀਆਂ ਰਾਹੀਂ ਕੋਈ ਗੱਲਬਾਤ ਨਹੀਂ ਕੀਤੀ ਮੀਡੀਆ ਨਾਲ? ਇਹ ਅਜੇ ਤੱਕ ਤਾਂ ਕੋਈ ਸਾਡੇ ਸਾਹਮਣੇ ਨਹੀਂ ਆਈ ਕੋਈ ਵੀ ਗੱਲ, ਨਾ ਇੰਗਲੈਂਡ ਵਾਪਰੀ ਘਟਨਾ ਬਾਰੇ ਨਾਲ ਹੀ ਉਹਦਾ ਖੰਡਨ ਆ ਗਿਆ ਸੀਗਾ, ਨਾਲ ਹੀ ਫਿਰ ਜਿਹੜਾ ਦੋ ਤਿੰਨ ਬਿਆਨ ਜਿਹੜੇ ਸੀ ਹੇਠ ਉੱਤੇ ਆਏ ਸੀਗੇ, ਉਹ ਕਿਵੇਂ ਸੀ ਕੀ ਸੀ ਤਾਂ ਉਹ ਵੀ ਮੁਲਾਕਾਤੀ ਵੀ ਦੱਸ ਸਕਦੇ, ਅਸੀਂ ਤਾਂ ਉਹਦੇ ਬਾਰੇ ਕੁਛ ਨੀ ਕਹਿ ਸਕਦੇ। ਜਿਹੜੇ ਵਿਰੋਧੀ ਧਿਰ ਦੇ ਸਿਆਸੀ ਪਾਰਟੀਆਂ ਦੇ ਆਗੂ ਉੱਥੇ ਪਹੁੰਚੇ ਸੀਗੇ, ਉਹਨਾਂ ਨੇ ਵੀ ਇਹ ਮਤਲਬ ਸਹਿਮਤੀ ਪ੍ਰਗਟਾਈ ਸੀ ਕਿ ਜੋ ਵੀ ਜਥੇਦਾਰ ਪ੍ਰੋਗਰਾਮ ਦੇਣਗੇ ਉਹਨਾਂ ਸਹਿਮਤ ਆ। ਮੋਰਚਾ ਲੱਗਣ ਤੋਂ ਬਾਅਦ ਉਹਨਾਂ ਨੇ ਕੋਈ ਵਿਚਾਰ ਜਾਂ ਉਹਨਾਂ ਨੇ ਕੋਈ ਗੱਲਬਾਤ ਕੀਤੀ ਜਾਂ ਮੀਡੀਆ ਨੂੰ ਉਹਨਾਂ ਨੇ ਕੁਛ ਕਿਹਾ ਵੀ ਹਾਂ ਜੋ ਇਹ ਮੋਰਚਾ ਲੱਗਾ ਸੀ ਇਹਦੇ ਨਾਲ ਸਹਿਮਤ ਆ ਜਾਂ ਨਹੀਂ ਸਹਿਮਤ? ਭਾਈ ਧਿਆਨ ਸਿੰਘ ਹੁਣਾਂ ਨਾਲ ਉਹਨਾਂ ਦੀ ਗੱਲ ਹੋਈ ਤਾਂ ਕਹਿ ਨੀ ਸਕਦੇ, ਜਿੱਦਾਂ ਵੈਸੇ ਬਹੁਜਨ ਸਮਾਜ ਪਾਰਟੀ ਦੇ ਅੱਜ ਆਏ ਸੀਗੇ ਜਿੱਦਾਂ ਉਦਣ ਬੋਲ ਕੇ ਗਏ ਲਾਲ ਸਿੰਘ ਸਲਾਣੀ, ਉਹ ਅੱਜ ਇੱਥੇ ਆ ਕੇ ਵੀ ਗਏ ਆ ਮੋਰਚੇ ਦੇ ਵਿੱਚ, ਬਾਕੀ ਵੀ ਜਿਹੜੇ ਆ ਉਹ ਸਮੇਂ ਨਾਲ ਅਜੇ ਕਿਉਂਕਿ ਸ਼ੁਰੂਆਤ ਆ ਤੇ ਸਾਰੇ ਹੀ ਇਹਦੇ ਵਿੱਚ ਜਿਹੜਾ ਹੈਗਾ ਸ਼ਮੂਲੀਅਤ, ਬਹੁਤ ਸਾਰਿਆਂ ਦੇ ਫੋਨ ਆਏ ਆ ਕਿ ਸਾਨੂੰ ਦੱਸੋ ਅਸੀਂ ਕਿਸ ਦਿਨ ਆਈਏ, ਅਸੀਂ ਆਉਣਾ ਵਾ, ਤੇ ਬਹੁਤ ਸਾਰਿਆਂ ਦੇ ਜਿਹੜੇ ਸੁਨੇਹੇ ਆ ਰਹੇ ਆ ਕਿ ਅਸੀਂ ਇੱਥੇ ਪਹੁੰਚਣਾ, ਸਾਨੂੰ ਦੱਸੋ ਅਸੀਂ ਕਿਸ ਦਿਨ ਪਹੁੰਚੀਏ। ਸਮੇਂ ਦੇ ਨਾਲ ਹੌਲੀ ਹੌਲੀ ਜਿਹੜਾ ਹੈਗਾ ਆਉਣ ਵਾਲੇ ਦਿਨਾਂ ਦੇ ਸਾਰੀਆਂ ਗੱਲਾਂ ਸਾਹਮਣੇ ਆ ਜਾਣਗੀਆਂ। ਤੇ ਤੁਸੀਂ ਦੱਸਿਆ ਵੀ ਕੱਲ ਨੂੰ ਮੀਟਿੰਗ ਆ ਕੈਬਨਿਟ ਦੀ, ਤੇ ਪਰ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਦਿਨ ਜਿਹੜੇ ਆ ਘੱਲੂਘਾਰਾ ਜੂਨ 84 ਦੇ ਚੱਲ ਰਹੇ ਆ, ਬਹੁਤ ਵੱਖਰੇ ਵੱਖਰੇ ਪ੍ਰੋਗਰਾਮ ਮਤਲਬ ਜਿਹੜੀਆਂ ਸੰਗਤਾਂ ਦੇ ਅਲੀਕੇ ਵੀ ਹੋਏ ਆ, ਤੇ ਜਿਹੜਾ ਇਹ ਮੋਰਚਾ ਆ ਮਤਲਬ ਇਹ ਕਦੋਂ ਤੱਕ ਜਾਰੀ ਰਹੇਗਾ ਜਾਂ ਇਹ ਸਮਾਗਮਾਂ ਦੇ ਵਿੱਚ ਕੋਈ ਰੁਕਾਵਟ ਤਾਂ ਨਹੀਂ ਆਵੇਗੀ, ਕੀ ਹੋਊਗਾ? ਨਹੀਂ, ਇਹ ਸਮਾਗਮਾਂ ਲਈ ਸੱਦਾ ਦਿੱਤਾ, ਦੇਖੋ ਅਸੀਂ ਉਸ ਦਿਨ ਹੀ 1 ਜੂਨ ਨੂੰ ਸੱਦਾ ਦੇ ਦਿੱਤਾ ਸੀ, ਅੱਜ ਵੀ ਮੀਡੀਆ 'ਚ ਦਿੱਤਾ ਕਿ ਸਾਰੀ ਕੌਮ 6 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚੇ, ਠੀਕ, ਕੌਮੀ ਸ਼ਹੀਦਾਂ ਦਾ ਦਿਨ ਮਨਾਉਣ ਵਾਸਤੇ ਉੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਹੁੰਚੇ, ਔਰ 6 ਜੂਨ ਦਾ ਦਿਨ ਜਿਹੜਾ ਜਥੇਦਾਰ ਸਾਹਿਬ ਨੇ ਵੀ ਬਿਆਨ ਦਿੱਤਾ ਸੀਗਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਾਨੂੰ ਮਨਾਉਣਾ ਚਾਹੀਦਾ, ਔਰ ਸ਼੍ਰੋਮਣੀ ਕਮੇਟੀ ਨੂੰ ਵੀ ਸ਼ਹੀਦਾਂ ਦਾ ਇਹ ਦਿਨ ਜਿਹੜਾ ਹੈਗਾ ਕੇਵਲ ਰਸਮ ਨਹੀਂ ਬਣਾਉਣੀ ਚਾਹੀਦੀ ਕਿ ਸ੍ਰੀ ਅਖੰਡਪੁਰ ਸਾਹਿਬ ਦਾ ਭੋਗ ਪਾ ਲਿਆ ਤੇ ਉਦੋਂ ਬਾਅਦ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਰੋਪੇ ਦੇ ਤੇ ਚਲੋ ਜੀ ਪ੍ਰਸ਼ਾਦ ਲਓ ਤੇ ਘਰਾਂ ਨੂੰ ਜਾਓ, ਠੀਕ, ਇਹਦੇ ਵਾਸਤੇ ਸਪੈਸ਼ਲ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਸਾਰਾ ਦਿਨ ਸਮਾਗਮ ਚੱਲਣੇ ਚਾਹੀਦੇ ਆ, ਠੀਕ, ਸ਼੍ਰੋਮਣੀ ਕਮੇਟੀ ਪ੍ਰਬੰਧ ਕਰੇ ਸ਼ਹੀਦਾਂ ਦਾ ਦਿਨ ਸਾਰਾ ਦਿਨ ਉੱਥੇ ਜਿਹੜਾ ਮਨਾਇਆ ਜਾਵੇ, ਕਾਹਦੇ ਵਾਸਤੇ ਸ਼ਹਾਦਤਾਂ ਹੋਈਆਂ, ਕੀ ਉਹਨਾਂ ਦਾ ਮਿਸ਼ਨ ਸੀਗਾ, ਕਿੱਥੇ ਅੱਜ ਖੜੇ ਆ, ਇਹ ਸਾਰੀਆਂ ਵਿਚਾਰਾਂ ਹੋਣੀਆਂ ਚਾਹੀਦੀਆਂ।
ਤੇ ਕੀ ਹੈਗਾ ਜਿਹੜਾ ਹੈਗਾ ਇਸ ਬਾਰੇ ਹੱਲ ਆ ਉਹ ਸਾਰੀਆਂ ਵਿਚਾਰਾਂ ਤੇ ਸਾਰੀਆਂ ਸਿੱਖ ਜਥੇਬੰਦੀਆਂ ਦੇ ਆਗੂ ਜਿਹੜੇ ਸੰਪਰਦਾਵਾਂ ਦੇ ਜਥੇਬੰਦੀਆਂ ਧਾਰਮਿਕ ਰਾਜਨੀਤੀ ਉਹਨਾਂ ਨੂੰ ਉੱਥੇ ਬੁਲਾਇਆ ਜਾਣਾ ਚਾਹੀਦਾ, ਸਮਾਂ ਦਿੱਤਾ ਜਾਣਾ ਚਾਹੀਦਾ, ਬਣਦਾ ਕਿਸੇ ਨੂੰ 2-4 ਮਿੰਟ, ਕਿਸੇ ਨੂੰ 5 ਮਿੰਟ, 10 ਮਿੰਟ, ਜਿੱਦਾਂ ਜਿੱਦਾਂ ਜੋ ਮਾਨ ਸਤਿਕਾਰ ਬਣਦਾ ਉਹ ਕਰਨਾ ਚਾਹੀਦਾ ਤੇ ਉਹਨਾਂ ਦੇ ਵਿਚਾਰ ਲੈਣੇ ਚਾਹੀਦੇ ਆ। ਤੇ 6 ਜੂਨ ਦਾ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਮਨਾਇਆ ਜਾਵੇ ਤੇ ਬਾਕੀ ਜਿੰਨੇ ਵੀ ਸਥਾਨਾਂ ਦੇ ਉੱਤੇ ਦਿਨ ਭਾਵੇਂ ਪੂਰੇ ਪੰਜਾਬ ਚ ਹਰੇਕ ਪਿੰਡ ਚ ਇਸ ਦਿਨ ਨੂੰ ਯਾਦ ਕੀਤਾ ਜਾਵੇ। 5 ਨੂੰ ਮਨਾ ਲਓ, 7 ਨੂੰ ਮਨਾ ਲਓ, 8 ਨੂੰ ਮਨਾ ਲਓ, ਬਾਅਦ ਵਿੱਚ ਮਨਾ ਲਓ ਜਦੋਂ ਮਰਜ਼ੀ, ਪਰ 6 ਜੂਨ ਨੂੰ ਸਾਰੀ ਕੌਮ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਇਕੱਠੀ ਹੋਵੇ। ਤੇ ਇਹਦੇ ਵਾਸਤੇ ਅਸੀਂ ਸੱਦਾ ਵੀ ਦਿੱਤਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਰੇ 6 ਜੂਨ ਨੂੰ ਪਹੁੰਚੋ। ਠੀਕ ਹੈ। ਇਹ ਸਿੰਘ ਸਾਹਿਬ ਜੀ ਜਿੱਦਾਂ ਤੁਸੀਂ ਇੱਕ ਮਤਲਬ ਬਰਗਾੜੀ ਮਤਲਬ ਜਿੱਦਣ ਸਮਾਗਮ ਸੀਗਾ ਉਸ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਵਿੱਚ ਰਹਿੰਦੇ ਹਰਲੇਖ ਸਿੰਘ ਨੇਕੀ ਨੂੰ ਪੰਥ ਦੇ ਵਿੱਚੋਂ ਛੇਕ ਦਿੱਤਾ ਤੇ ਪ੍ਰਚਾਰਕ ਤਾਂ ਹੋਰ ਵੀ ਬਹੁਤ ਆ ਜਿਹੜਾ ਨੇ ਮਤਲਬ ਇਸ ਵੇਲੇ ਪ੍ਰਚਾਰ ਰਾਹੀਂ ਕੌਮ ਦੇ ਉੱਪਰ ਇਹੋ ਜਿਹੇ ਹਮਲੇ ਕੀਤੇ ਆ, ਗੁਰੂਆਂ ਦੇ ਉੱਪਰ ਇਹੋ ਜਿਹੇ ਹਮਲੇ ਕੀਤੇ ਆ, ਉਹਨਾਂ ਬਾਰੇ ਕੋਈ ਗੱਲਬਾਤ ਨਹੀਂ ਹੋਈ, ਸਿਰਫ ਨੇਕੀ ਨੂੰ ਹੀ ਕਿਉਂ ਛੇਕਿਆ ਗਿਆ? ਜਿਹੜੇ ਜੋ ਹਰਨੇਕ ਸਿੰਘ ਨੇਕੀ ਸੀ ਉਹਦੇ ਬਾਬਤ ਦੇਖੋ, ਨਿਊਜ਼ੀਲੈਂਡ ਚ ਮੈਂ ਜਾ ਕੇ ਆਇਆ, ਉੱਥੇ ਗੁਰੂ ਘਰਾਂ ਦੇ ਪ੍ਰਬੰਧਕ ਆਪੋ ਆਪਣੇ ਸਥਾਨ ਤੋਂ ਆਉਂਦੇ, ਮੈਂ ਉੱਥੇ ਦੇਖਿਆ ਸੀਗਾ ਕਿ ਕਈ ਗੁਰੂ ਘਰਾਂ ਦੇ ਵਿੱਚ ਇਸ ਤਰ੍ਹਾਂ ਦਾ ਉੱਥੇ ਸੀਗਾ ਕਿ ਇੱਕ ਗੁਰੂ ਘਰ ਦੇ ਸੱਦੇ ਹੋਏ ਜਥੇ ਨੂੰ ਦੂਜਾ ਗੁਰੂ ਘਰ ਦਾ ਜਥਾ ਨਹੀਂ ਸੀ ਲਾਉਂਦਾ ਉੱਥੇ। ਜਿੱਥੇ ਹਰਨੇਕ ਸਿੰਘ ਨੇਕੀ ਦਾ ਮਸਲਾ ਸੀ ਉੱਥੇ 24 ਦੇ 24 ਗੁਰੂ ਘਰ ਜਿਹੜੇ ਸੀ ਸ਼ਾਇਦ ਉੱਥੇ ਸਾਰੇ ਇਕੱਠੇ ਹੋ ਗਏ ਤੇ ਸਾਰਿਆਂ ਨੇ ਮਤਾ ਉਹਦੇ ਖਿਲਾਫ਼ ਪਾਸ ਕੀਤਾ ਔਰ ਉਹਦਾ ਕੂੜ ਪ੍ਰਚਾਰ ਹੀ ਇੰਨਾ ਵੱਧ ਚੁੱਕਿਆ ਸੀ, ਉਹ ਦੇਸ਼ ਵਿਦੇਸ਼ ਤੋਂ ਸੰਗਤਾਂ ਦੇ ਸੁਨੇਹੇ, ਈਮੇਲਾਂ, ਵਟਸਐਪ, ਫੇਸਬੁੱਕ ਔਰ ਲਿਖਤੀ ਰੂਪ ਦੇ ਸੁਨੇਹੇ ਜਿਹੜੇ ਸੀ ਉਹਦੇ ਖਿਲਾਫ਼ ਆ ਰਹੇ ਸੀ ਤੇ ਉਹਦੇ ਤੇ ਅਸੀਂ ਜਿਹੜੀ ਕਾਰਵਾਈ ਕੀਤੀ ਹੈ ਤੇ ਮੈਂ ਕਹਿਣਾ ਚਾਹੁੰਦਾ ਸਗੋਂ ਜਿਹੜੀ ਕਾਰਵਾਈ ਹੋਈ ਜਿਸ ਤਰ੍ਹਾਂ ਪੰਥ ਨੇ ਕੌਮ ਨੇ ਉਹਦਾ ਸਵਾਗਤ ਕੀਤਾ, ਇਸੇ ਤਰ੍ਹਾਂ ਜਥੇਬੰਦੀਆਂ ਨੂੰ ਵੀ ਉਹਦਾ ਸਵਾਗਤ ਕਰਨਾ ਚਾਹੀਦਾ। ਰਹੀ ਗੱਲ ਦੂਜੇ ਪ੍ਰਚਾਰਕਾਂ ਦੀ, ਸਮੇਂ ਨਾਲ ਹੌਲੀ ਹੌਲੀ ਸਾਰਿਆਂ ਦੇ ਨਾਲ ਹੀ ਜੇ ਕੋਈ ਸੁਧਰਨ ਵਾਲਾ ਰਾਹ ਲਊਗਾ ਉਹਨੂੰ ਸੁਧਾਰਿਆ ਜਾਊਗਾ ਕਿ ਉਹ ਸੁਧਰ ਦੇ ਮੌਕਾ ਦਿੱਤਾ ਜਾਊ, ਜਿਹੜਿਆਂ ਦੇ ਸੁਧਰਨ ਦੀ ਆਸ ਹੀ ਨੀ ਹੈ ਤੇ ਜਿਹੜੇ ਇਹ ਲਕੀਰ ਹੀ ਲੰਘ ਚੁੱਕੇ ਆ, ਫਿਰ ਉਹਨਾਂ ਦੇ ਜੋ ਕਾਰਵਾਈ ਗੁਰਮਰਿਆ ਦਾ ਪਰੰਪਰਾ ਚੱਲੀ ਆਉਂਦੀ ਉਸ ਅਨੁਸਾਰ ਕਾਰਵਾਈ ਜਿਹੜੀ ਕਰ ਦਿੱਤੀ ਹੈ। ਬਾਕੀਆਂ ਨੂੰ ਵੀ ਤੁਸੀਂ ਦੇਖਿਆ ਉਸ ਹੁਕਮਨਾਮੇ ਦੀ ਇੱਕ ਲਾਈਨ ਆ ਕਿ ਜਿਹੜੇ ਬਾਕੀ ਪ੍ਰਚਾਰਕ ਨੇ ਉਹ ਵੀ ਇਹ ਉਹਨਾਂ ਨੂੰ ਸਖ਼ਤ ਤਾੜਨਾ ਕੀਤੀ ਹੈ ਕਿ ਉਹ ਇਸ ਚੀਜ਼ ਤੋਂ ਗੁਰੇਜ਼ ਕਰਨ, ਬਾਹਰ ਜਾਣ, ਨਹੀਂ ਤਾਂ ਜਿਹੜੀ ਸਖ਼ਤ ਕਾਰਵਾਈ ਆ ਕੀਤੀ ਜਾਊਗੀ। ਇਸ ਵਾਸਤੇ ਜਿਹੜਾ ਹੈਗਾ ਵੀ ਜਿਹੜੇ ਹੋਰ ਵੀ ਆ ਉਹਨਾਂ ਨੇ ਇੱਕ ਇਸ਼ਾਰਾ ਵੀ ਦਿੱਤਾ, ਚੇਤਾਵਨੀ ਵੀ ਦਿੱਤੀ ਆ ਕਿ ਉਹ ਆ ਜਾਣ, ਜੇਕਰ ਨਹੀਂ ਤਾਂ ਕੋਈ ਨੀ, ਗੁਰੂ ਕਿਰਪਾ ਕਰੇ ਜੋ ਕਾਰਵਾਈ ਬਣਦੀ ਹੈ, ਜੋ ਪੰਥ ਚਾਹੁੰਦਾ ਉਹ ਕਾਰਵਾਈ ਹੋਊਗੀ। ਇੱਕ ਸਵਾਲ ਹੋਰ ਆਇਆ ਵੀ ਜਦੋਂ 6 ਜੂਨ ਦਾ ਜਾਂ ਆਹ ਦਿਨ ਜਦੋਂ ਆਉਂਦੇ ਆ ਉਦੋਂ ਪੰਜਾਬ ਦੇ ਵਿੱਚ ਸ਼ਿਵ ਸੈਨਾ ਵਾਲੇ ਬੜੇ ਜਿੱਦਾਂ ਬਿਆਨ ਲਾਉਂਦੇ ਆ ਜਾਂ ਨਾਅਰੇ ਲਾਉਂਦੇ ਆ ਜੀ ਅਸੀਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਪੁਤਲੇ ਸਾੜ ਦਿਆਂਗੇ, ਇਹ ਸਵਾਲ ਤੁਹਾਨੂੰ ਜਿੱਦਾਂ ਹੁਣ ਚੱਲਦੇ ਪ੍ਰੋਗਰਾਮ ਦੇ ਵਿੱਚ ਕਿਸੇ ਆਪਣੇ ਜਿਹੜਾ ਆਵਾਜ਼ ਕੌਮ ਟੀ ਵੀ ਦੇਖ ਰਿਹਾ ਉਹਨਾਂ ਨੇ ਕੀਤਾ ਆ ਕਿ ਤੁਸੀਂ ਉਹਦੇ ਬਾਰੇ ਕੀ ਕਰ ਰਹੇ ਹੋ ਜਾਂ ਕੀ ਕਰਨਾ ਚਾਹੀਦਾ ਜਿਹੜੇ ਇਹੋ ਜਿਹੀਆਂ ਧਮਕੀਆਂ? ਮੈਂ ਸਮਝਦਾ ਵੀ ਇਹ ਜਿਹੜੇ ਹੈਗੇ ਕੁੱਝ ਕੁ ਟਟਭੁੰਜੇ ਦੇ ਆਦਮੀ ਹੈਗੇ ਆ, ਇਹਨਾਂ ਦਾ ਕੋਈ ਬਹੁਤਾ ਨੋਟਿਸ ਲੈਣ ਦੇ ਵੀ ਮੇਰੇ ਖਿਆਲ ਨਾਲ ਕੋਈ ਬਹੁਤੀ ਲੋੜ ਨੀ ਹੈਗੀ, ਕਿਉਂਕਿ ਉਹਨਾਂ ਨੇ ਕਰਨਾ ਕਰਾਉਣਾ ਕੁਛ ਨੀ ਹੁੰਦਾ। ਜਿਵੇਂ ਉਹ ਕਹਾਵਤ ਜੀ ਆ ਕਹਿੰਦੇ ਖਾਣੀਆਂ ਫੋਲੀਆਂ ਤੇ ਪੰਗੇ ਸਿੰਘਾਂ ਨਾਲ ਲੈਣੇ ਆ, ਇਹੋ ਜਿਹੀ ਕਿਸਮ ਦੇ ਬੰਦੇ ਹੈਗੇ ਆ ਉਹ ਬਸ ਐਵੇਂ ਚਾਰ ਬਿਆਨ ਜੇ ਲਾ ਕੇ ਕੋਈ ਸਿਕਿਉਰਿਟੀ ਲੈਣੀ ਹੁੰਦੀ, ਉਹਨਾਂ ਨੇ ਕੋਈ ਮਾੜਾ ਜਿਹਾ ਨਾਮ ਬਣਾਉਣਾ ਹੁੰਦਾ, ਨਾ ਇਹਨਾਂ ਨੇ ਕੁਛ ਕਰਨਾ ਨਾ ਹੋਰ। ਇਹਨਾਂ ਨੇ ਕਿਹਾ ਸੀ ਲਲਕਾਰ ਲੈ ਲਈ ਆ ਕੇ ਆ ਰਹੇ ਹਾਂ ਅੰਮ੍ਰਿਤਸਰ ਨੂੰ, ਤੇ ਜਦੋਂ ਸਿੰਘਾਂ ਨੇ ਵਿਆਸ ਤੇ ਮੋਰਚਾ ਕੱਢ ਲਿਆ ਪੁਲ ਦੇ ਉੱਤੇ, ਤੇ ਨਾ ਕੋਈ ਲਲਕਾਰ ਰੈਲੀ ਆਈ ਤੇ ਨਾ ਕੋਈ ਹੋਰ ਆਇਆ ਉੱਧਰ ਨੂੰ, ਸਾਰੇ ਭੱਜ ਲਏ। ਆ ਤੁਸੀਂ ਵੀ ਦੇਖਿਆ ਪਿਛਲੇ ਦਿਨਾਂ ਚ ਇੱਕ ਨੇ ਜਥੇਦਾਰ ਜਗਤਾਰ ਸਿੰਘ ਹਾਰਾ ਬਾਰੇ ਬੜਾ ਗਲਤ ਬੋਲਿਆ ਸੀਗਾ ਤੇ ਸੰਤਾਂ ਬਾਰੇ ਗਲਤ ਬੋਲਿਆ, ਉਸ ਤੋਂ ਬਾਅਦ ਸਿੰਘਾਂ ਨੇ ਤੁਰ ਫੋਨ ਕੀਤੇ, ਨਾਲ ਹੀ ਉਹਦੀ ਝੱਗ ਜਿਹੜੀ ਝੱਗਾਂ ਨੂੰ ਬਹਿ ਗਿਆ ਤੇ ਨਾਲ ਹੀ ਉਹਦਾ ਜਿਹੜਾ ਸੀ ਹਵਾ ਨਿਕਲ ਗਈ ਸਾਰੀ ਭਗਾਨਾ ਉਹਦਾ ਜਿਹੜਾ ਸੀਗਾ ਉਹਦਾ ਹੀ ਪਾਟ ਗਿਆ, ਸਿਕਿਉਰਿਟੀ ਲੈਣ ਲਈ ਇਹੋ ਜਿਹੇ ਕੰਮ ਕਰਦੇ। ਬਸ ਐਵੇਂ ਹੀ ਇਹਨਾਂ ਦਾ ਮੇਰੇ ਖਿਆਲ ਨਾਲ ਤਾਂ ਕੋਈ ਬਹੁਤਾ ਨੋਟਿਸ ਲੈਣ ਦੀ ਲੋੜ ਨੀ ਹੈ, ਕਿਉਂਕਿ ਕੋਈ ਏਡਾ ਨਾ ਕੋਈ ਆਧਾਰ ਰੱਖਦੇ ਆ, ਟਟਭੁੰਜੇ ਜੇ ਆਦਮੀ ਹੈਗੇ ਆ ਤੇ ਇਹਨਾਂ ਦਾ ਕੋਈ ਬਹੁਤਾ ਨਾ ਕੋਈ ਆਧਾਰ ਹੈ ਨਾ ਕੋਈ ਗੱਲ ਹੈ ਨਾ ਹੀ ਬਹੁਤਾ ਮੇਰੇ ਖਿਆਲ ਨਾਲ ਨੋਟਿਸ ਲੈਣ ਦੀ ਲੋੜ ਹੈ। ਆਖਿਰ ਦੇ ਵਿੱਚ ਬਰਗਾੜੀ ਮੋਰਚਾ ਜਿੱਥੇ ਸਿੰਘ ਸਾਹਿਬ ਭਾਈ ਧਿਆਨ ਸਿੰਘ ਜੀ ਮੰਡ ਲਾ ਕੇ ਬੈਠੇ ਆ, ਪੂਰੇ ਜਿਹੜੀਆਂ ਸਰਬੱਤ ਖਾਲਸੇ ਦੀਆਂ ਸਹਿਯੋਗੀ ਜਥੇਬੰਦੀਆਂ, ਖਾਲਸਾ ਪੰਥ ਦੀਆਂ ਜਿਹੜੀਆਂ ਸਾਰੀਆਂ ਜਥੇਬੰਦੀਆਂ, ਭਾਵ ਪੂਰੇ ਜਿਹੜੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਆ,
ਉਹ ਮੋਰਚੇ ਦੇ ਵਿੱਚ ਕਿੱਦਾਂ ਸਮੂਲੀਅਤ ਕਰਨ ਜਾਂ ਕਿਵੇਂ ਮੋਰਚੇ ਨੂੰ ਕਿੱਧਰ ਨੂੰ ਲੈ ਕੇ ਜਾਣਾ ਚਾਹੁੰਦੇ ਆ ਤੁਸੀਂ? ਦੇਖੋ ਸਾਰੀਆਂ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੇ ਨੁਮਾਇੰਦੇ ਉੱਥੇ ਬੈਠੇ ਹੋਏ ਆ, ਗੱਲਬਾਤ ਦੇ ਵਿੱਚ ਵੀ ਉਹਨਾਂ ਨੂੰ ਜਿਹੜਾ ਸਮਾਂ ਦਿੱਤਾ ਗਿਆ ਵੀ ਗੱਲਬਾਤ ਦੇ ਵਿੱਚ ਉਹਨਾਂ ਨੂੰ ਬਿਠਾਇਆ ਗਿਆ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆ, ਯੂਨਾਈਟਿਡ ਅਕਾਲੀ ਦਲ ਆ, ਸੁਤੰਤਰ ਅਕਾਲੀ ਦਲ ਆ, ਅਕਾਲੀ ਦਲ 1920 ਆ, ਦਲ ਖਾਲਸਾ ਉਹਨਾਂ ਦੇ ਆਗੂ ਸੰਤ ਮਹਾਂਪੁਰਸ਼ ਸਰਦਾਰ ਕਮੇਟੀਆਂ ਨੇ ਉਹਨਾਂ ਦੇ ਆਗੂ ਸਾਰੇ ਜਿਹੜੇ ਆ ਉੱਥੇ ਵਿੱਚ ਸਮੇਂ ਸਮੇਂ ਆਉਂਦੇ ਆ ਔਰ ਗੱਲਬਾਤ ਦੇ ਵਿੱਚ ਸਾਰੇ ਬੈਠੇ, ਸਾਰੇ ਸਮਰਥਨ ਕਰ ਰਹੇ ਆ ਸਾਰੀਆਂ ਜਥੇਬੰਦੀਆਂ ਦੇ। ਅੱਜ ਵੀ ਜਿਵੇਂ ਅੰਮ੍ਰਿਤਸਰ ਅਕਾਲੀ ਦਲ ਦੇ ਵਰਕਰ ਵੱਡੀ ਗਿਣਤੀ 'ਚ ਆਏ, ਦਲ ਖਾਲਸਾ ਦੇ ਆਏ, ਯੂਨਾਈਟਿਡ ਅਕਾਲੀ ਦਲ ਦੇ ਅੱਜ ਭਾਈ ਮੋਹਕਮ ਸਿੰਘ ਜੀ, ਭਾਈ ਮਨਾਵਾ, ਭਾਈ ਗੁਰਦੀਪ ਸਿੰਘ, ਭਾਈ ਜਫਰਵਾਲ ਸਾਰੇ ਅੱਜ ਆਏ ਹੋਏ ਸੀਗੇ ਉੱਥੇ, ਭਾਈ ਗੁਰਦੀਪ ਸਿੰਘ ਉੱਦਾਂ ਦੇ ਉੱਥੇ ਆ, ਭਾਈ ਜਸਕਰਨ ਸਿੰਘ, ਭਾਈ ਬੂਟਾ ਸਿੰਘ ਰਸੀ ਆ, ਭਾਈ ਪਰਮਜੀਤ ਸੋਲੀ ਆ, ਉਹ ਸਾਰੇ ਉੱਥੇ ਮਤਲਬ ਜਿਹੜੇ ਹੈ ਬੈਠੇ ਹੋਏ ਆ। ਉਹਨਾਂ ਦਾ ਪੂਰਾ ਸਮਰਥਨ ਆ ਸਾਰਾ ਜਥੇਬੰਦੀਆਂ ਦਾ, ਸੰਗਤਾਂ ਦਾ, ਔਰ ਸਾਰੇ ਖਿਆਲ ਕਰ ਰਹੀਆਂ ਜੇਕਰ ਸਰਕਾਰ ਕੋਈ ਇਸ ਤਰ੍ਹਾਂ ਦੀ ਜਿਆਦਤੀ ਕਰਦੀ ਆ ਤਾਂ ਫਿਰ ਜਿਹੜਾ ਮੋਰਚਾ ਹੀ ਨੀ ਹੈ ਕਿ ਕੋਈ ਮੋਰਚਾ ਹੀ ਲੋ ਤਾਂ ਹੋਰ ਪ੍ਰਚੰਡ ਕੀਤਾ ਜਾਊਗਾ ਜਥੇਬੰਦੀਆਂ ਦੇ ਵੱਲੋਂ ਸਮੁੱਚੀ ਏਕਤਾ ਦੇ ਨਾਲ ਜਿਹੜਾ ਹੈਗਾ ਜਥੇਬੰਦੀਆਂ ਜਿਹੜੀਆਂ ਉਹ ਜਥੇਦਾਰ ਸਾਹਿਬਾਨ ਦੀ ਅਗਵਾਈ ਦੇ ਵਿੱਚ ਵਧੀਆ ਆਪਣਾ ਜਿਹੜਾ ਹੈਗਾ ਰੋਲ ਅਦਾ ਕਰ ਰਹੀਆਂ ਨੇ। ਤੁਸੀਂ ਕੁਝ ਹੋਰ ਆਪਣੇ ਵੱਲੋਂ ਕਹਿਣਾ ਚਾਹੋਗੇ ਜੇ ਮੈਂ ਨਹੀਂ ਤੁਹਾਨੂੰ ਪੁੱਛਿਆ ਤੁਹਾਡੇ ਮਨ ਦੇ ਵਿੱਚ ਆ ਕਿ ਹਾਂ ਬਾਹਰ ਦੁਨੀਆਂ 'ਚ ਬੈਠੇ ਸਿੱਖਾਂ ਨਾਲ ਮੈਂ ਗੱਲਬਾਤ ਜ਼ਰੂਰ ਜਿਹੜੀ ਕਰਾਂ? ਕਾਫੀ ਗੱਲਾਂ ਹੋ ਗਈਆਂ ਨੇ, ਮੈਂ ਬੇਨਤੀ ਇਹੀ ਕਰਨੀ ਚਾਹੁੰਦਾ ਕਿ ਦੇਖੋ ਇਹ ਪੱਕਾ ਮੋਰਚਾ ਲੱਗਿਆ, ਨਾ ਕੋਈ ਧਰਨਾ, ਨਾ ਰੋਸ ਮੁਜ਼ਾਹਰਾ, ਨਾ ਕੋਈ ਭੁੱਖ ਹੜਤਾਲ ਆ। ਉੱਥੇ ਜਿੰਨੀਆਂ ਸੰਗਤਾਂ ਆ ਰਹੀਆਂ ਸਿੰਘ ਸਾਹਿਬ ਦੇ ਸੁਮੇਲ ਤੋਂ ਸਮੇਂ ਨਾਲ ਜਲ ਪਾਣੀ ਲੰਗਰ ਪਾਣੀ ਛਕਦੀਆਂ, ਇਹ ਤਾਂ ਸਰਕਾਰ ਲਈ ਇੱਕ ਇਸ਼ਾਰਾ ਵਾ ਲਗਾਤਾਰ ਜਿਹੜਾ ਪੱਕਾ ਮੋਰਚਾ ਲਾਇਆ ਵੀ ਸਰਕਾਰ ਨੂੰ ਵਾਅਦਾ ਚੇਤੇ ਕਰਾਉਣ ਵਾਸਤੇ। ਤੇ ਮੈਂ ਬੇਨਤੀ ਕਰਦਾ ਵੀ ਹੁਣ ਜਥੇਦਾਰ ਸਾਹਿਬ ਤਾਂ ਬੈਠ ਗਿਆ, ਹੁਣ ਇਦੋਂ ਪਰੇ ਤਾਂ ਨਾ ਹੀ ਹੁਣ ਕੋਈ ਆਮ ਆਦਮੀ ਦਾ ਮੋਰਚਾ ਹੋਵੇ ਉਠਾ ਵੀ ਲਿਆ ਜਾਵੇ ਜਾਂ ਕੋਈ ਆਮ ਹੋਵੇ ਤਾਂ ਅਸੀਂ ਗਾਂਹ ਉਹਦੇ ਤੋਂ ਗਾਂਹ ਬਿਠਾਉਣ ਦੀ ਗੱਲ। ਹੁਣ ਜਥੇਦਾਰ ਅਕਾਲ ਤਖ਼ਤ ਹੀ ਬੈਠ ਗਈ, ਹੁਣ ਇੱਥੇ ਤੋਂ ਗਾਂਹ ਤਾਂ ਸਾਡੇ ਕੋਲ ਕੋਈ ਰਿਹਾ ਨੀ ਬਿਠਾਉਣ ਵਾਸਤੇ ਮੋਰਚੇ ਲਈ ਜਾਂ ਕੋਈ ਹੋਰ ਏਦਾਂ ਦੀ ਗੱਲ। ਹੁਣ ਕੌਮ ਨੂੰ ਆਪਣਾ ਬਣਦਾ ਫਰਜ਼ ਅਦਾ ਕਰਨਾ ਚਾਹੀਦਾ। ਠੀਕ ਹੈ ਜੀ, ਜਿਵੇਂ ਅਸੀਂ ਆਵਾਜ਼ ਦਿੱਤੀ ਵੀ ਬਰਗਾੜੀ ਸਿਰਾਂ ਦੀ ਗਿਣਤੀ ਕਰਾਉਣੀ ਹੈ ਸਰਕਾਰ ਨੂੰ, ਤੇ ਉੱਥੇ ਦਾਣਾ ਮੰਡੀ 'ਚ ਕੋਈ ਪਾਸਾ ਦੇਖਦਾ ਹੀ ਨੀ ਸੀ ਜਿਹੜਾ ਤਜਰਬਾ ਤਿਆਰ ਸਿੰਘਾਂ ਤੋਂ ਬਿਨਾਂ ਸੀਗਾ। ਸੰਗਤਾਂ ਦਾ ਠਾਠਾ ਮਾਰਦਾ ਇਕੱਠ, ਜਿੰਨਾ ਪ੍ਰਬੰਧ ਕੀਤਾ ਪ੍ਰਬੰਧ ਛੋਟਾ ਪੈ ਗਿਆ ਸੰਗਤਾਂ ਦੇ ਪਿਆਰ ਦੇ ਸਾਹਮਣੇ। ਸੋ ਇਸੇ ਤਰ੍ਹਾਂ ਸੰਗਤਾਂ ਜਿਹੜੀਆਂ ਹੁਣ ਆਪਣਾ ਫਰਜ਼ ਪਛਾਣਨ, ਕੌਮ ਜਿਹੜੀ ਹੈ ਚਾਹੁੰਦੀ ਸੀਗੀ ਕਿ ਜਿਹੜਾ ਇਹਦਾ ਹੱਲ ਹੋਣਾ ਚਾਹੀਦਾ, ਤੇ ਉੱਥੇ ਹੱਲ ਵਾਸਤੇ ਸਿੰਘ ਸਾਹਿਬ ਹੁਣ ਪੱਕੇ ਮੋਰਚੇ ਤੇ ਬੈਠੇ ਆ, ਇਨਸਾਫ਼ ਦੀ ਲੜਾਈ, ਇਨਸਾਫ਼ ਮੋਰਚਾ ਲੱਗਿਆ। ਹੁਣ ਕੌਮ ਆਪਣਾ ਜਿਹੜਾ ਸਮਾਂ ਇਸ ਪਾਸੇ ਦੇਵੇ, ਆਪਣਾ ਖਿਆਲ ਇੱਧਰ ਨੂੰ ਮੋੜੇ, ਤੇ ਗੁਰੂ ਦੀ ਕਿਰਪਾ ਨਾਲ ਮੈਨੂੰ ਤਾਂ ਲੱਗਦਾ ਕਿ 100% ਗੁਰੂ ਸਾਹਿਬ ਦੀ ਕਿਰਪਾ ਨਾਲ ਹੀ ਜਿਹੜਾ ਮੋਰਚਾ ਉਹ ਸਫਲ ਹੋਊਗਾ। ਸਾਡੀਆਂ ਮੰਗਾਂ ਜਿਹੜੀਆਂ ਨੇ ਵਾਜਬ ਮੰਗਾਂ ਨੇ, ਸਾਡੀਆਂ ਕਾਨੂੰਨ ਮੰਗਾਂ ਨੇ, ਕੋਈ ਗੈਰ ਕਾਨੂੰਨੀ ਨਹੀਂ ਆ। ਸਰਕਾਰਾਂ ਨੂੰ ਨੀਅਤ ਸਾਫ਼ ਦੇ ਨਾਲ ਇੱਧਰ ਨੂੰ ਕੋਈ ਨਾ ਕੋਈ ਇਨਸਾਫ਼ ਜਿਹੜਾ ਉਹ ਕਰਨਾ ਹੀ ਪੈਣਾ ਵਾ। ਜਾਂਦੇ ਜਾਂਦੇ ਇੱਕ ਸਵਾਲ ਹੋਰ ਆਇਆ, ਤੁਸੀਂ ਜੇ ਜਵਾਬ ਦੇਣਾ ਚਾਹੋ ਦੇ ਸਕਦੇ ਆ, ਕਿ 6 ਜੂਨ ਨੂੰ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰ ਖਾਲਿਸਤਾਨ ਦਾ ਸੱਦਾ ਦੇਣ, ਹੁਣ ਮੈਨੂੰ ਨਹੀਂ ਪਤਾ ਉਹਨਾਂ ਦਾ ਸਵਾਲ ਸੱਦਾ ਦੇਣ ਦਾ ਜਿਹੜੇ ਵਰਡਿੰਗ ਆ ਉਹ ਕੀ ਆ, ਤੁਸੀਂ ਇਹਦੇ ਬਾਰੇ ਆਪੇ ਸਮਝ ਕੇ ਜੋ ਵੀ ਕਹਿਣਾ ਚਾਹੁੰਦੇ ਕਹਿ ਸਕਦੇ? ਚਲੋ ਉਹਦਾ ਜਿਹੜਾ ਹੈਗਾ ਜਿੱਦਾਂ ਖਾਲਿਸਤਾਨ ਦੀ ਗੱਲ ਨਾ ਕੌਮ ਦੇ ਵਿੱਚ ਦੇਸ਼ ਵਿਦੇਸ਼ ਦੇ ਵਿੱਚ ਚੱਲਦੀ ਆ, ਤੇ ਬਹੁਤ ਸਾਰੀਆਂ ਸਾਡੀਆਂ ਧਿਰਾਂ ਨੇ ਜਿੱਦਾਂ ਦਲ ਖਾਲਸਾ, ਅੰਮ੍ਰਿਤਸਰ ਅਕਾਲੀ ਦਲ ਆ, ਸਿੱਖ ਫਾਰ ਜਸਟਿਸ ਵਾਲੇ ਆ, ਹੋਰ ਵੀਰ ਆਪੋ ਆਪਣੇ ਤਰੀਕੇ ਨਾਲ ਗੱਲ ਕਰ ਰਹੇ, ਕੌਮ ਦੀ ਗੱਲ ਆ। ਤੇ ਜਿਹੜੀ ਗੱਲ ਸੰਤਾਂ ਨੇ ਕਹੀ ਆ, ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ ਜਾਂ ਬਾਅਦ ਵਿੱਚ ਪੰਥ ਕਮੇਟੀ ਨੇ ਜੋ ਮਤਾ ਪਾਸ ਕੀਤਾ ਵਾ, ਇਹਦੇ ਤੋਂ ਕੋਈ ਬਾਹਰ ਨੀ। ਸਰਬੱਤ ਖਾਲਸਾ ਤਾਂ 2015 ਦੇ ਵਿੱਚ ਹੀ ਪਾਸ ਕਰ ਚੁੱਕਾ ਕਿ ਜੋ 1986 ਵਾਲਾ ਸਰਬੱਤ ਖਾਲਸਾ ਦੇ ਮਤੇ ਆ ਉਹਨੂੰ ਪੂਰਨ ਤੌਰ ਤੇ ਅਸੀਂ ਸਮਰਥਨ ਕਰਦੇ ਹਾਂ ਉਹਦੇ ਵਿੱਚ। ਇਹ ਤਾਂ ਸਰਬੱਤ ਖਾਲਸਾ 2015 ਚ ਹੀ ਪਾਸ ਹੋ ਚੁੱਕਾ ਸੀਗਾ, ਇਹ ਤਾਂ ਜੇ ਕੋਈ ਇਹਦੇ ਵਿੱਚ ਕੋਈ ਨਵੀਂ ਗੱਲ ਤਾਂ ਕੋਈ ਕਰਨ ਵਾਲੀ ਹੈ ਨੀ ਆ। ਬਹੁਤ ਬਹੁਤ ਧੰਨਵਾਦ ਜੀ ਸਿੰਘ ਸਾਹਿਬ ਜੀ, ਤੁਸੀਂ ਰਾਤ ਦਾ ਸਮਾਂ ਵੀ ਕਾਫੀ ਹੋ ਗਿਆ, ਤੁਸੀਂ ਸਮਾਂ ਦਿੱਤਾ ਤੇ ਤਾਜ਼ੀ ਅਪ ਟੂ ਡੇਟ ਦਿੱਤੀ ਆ ਵੀ ਜੋ ਬਰਗਾੜੀ ਦੇ ਵਿੱਚ ਮੋਰਚਾ ਕਿਉਂ ਲੱਗਾ ਤੇ ਮੋਰਚੇ ਦੀਆਂ ਜਿਹੜੀਆਂ ਮੰਗਾਂ ਉਹਦਾ ਬਾਰੇ ਵੀ ਦੱਸਿਆ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਵੀ ਧੰਨਵਾਦ ਜੀ, ਵਾਜੇ ਗਾਉਂ ਟੀਵੀ ਦਾ ਸਰਵਣ ਕਰ ਰਹੀ ਆ ਸਿੱਖ ਸੰਗਤਾਂ ਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।